ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ ਮਾਰੂ ਮਹੱਲਾ ਚੌਥਾ ਹਰ ਭਾਉ ਲੱਗਾ ਬੈਰਾਗੀਆ ਵਡਭਾਗੀ ਹਰ ਮਨ ਰਾਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਚਵਰ ਸ਼ਤਰ ਤਖ ਦੇ ਮਾਲਕ ਪ੍ਰਗਟ ਗੁਰਾਂ ਕੀ ਦੇ ਪ੍ਰਤੱਖ ਹਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਰਾਤਰੀ ਦੇ ਸਮੇਂ ਦੇ ਪਹਿਲੇ ਪਹਿਰ ਦੇ ਸਜੇ ਹੋਏ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਗੁਰੂ ਕਾ ਖਾਸ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਇਹ ਪ੍ਰਾਪਤ ਹੋਏ ਸਤ ਸੰਗਤ ਦੇ ਸਮੇਂ ਨੂੰ ਸਫਲਿਆਂ ਬਣਾਈਏ ਰਸਨਾ ਕਰੋ ਪਵਿੱਤਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹੱਲਾ ਚੌਥਾ ਹਰ ਭਾਉ ਲੱਗਾ ਬੈਰਾਗੀਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਰਮ ਪਵਿੱਤਰ ਅੰਗ 997 ਤੋਂ ਸਹਿਜ ਪਾਠ ਸੰਥਿਆ ਆਰੰਭ ਹੋ ਰਹੀ ਹੈ। ਮਾਰੂ ਰਾਗ ਚੱਲ ਰਿਹਾ ਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ 21ਵੇਂ ਨੰਬਰ 'ਤੇ ਰਾਗ ਮਾਰੂ ਮਹਾਰਾਜ ਨੇ ਦਰਜ ਕੀਤਾ ਹੈ। ਮਾਰੂ ਮਹੱਲਾ ਚੌਥਾ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹਰ ਭਾਉ ਲੱਗਾ ਬੈਰਾਗੀਆ
ਮਹਾਰਾਜ ਕਹਿੰਦੇ ਵੀ ਬੈਰਾਗੀਆਂ ਵੈਰਾਗੀਆਂ ਦੇ ਵਾਂਗ ਬੈਰਾਗੀ ਆ ਜਿਹੜੇ ਵੈਰਾਗਵਾਨ ਹੋਏ ਨੇ ਮੋਹ ਮਾਇਆ ਤੋਂ ਉੱਪਰ ਉੱਠੇ ਹਨ ਜਗਤ ਦੇ ਅੰਦਰ ਉਹਨਾਂ ਵੈਰਾਗੀਆਂ ਦੇ ਵਾਂਗ ਤੇਰੇ ਅੰਦਰ ਹਰੀ ਦਾ ਪ੍ਰੇਮ ਲੱਗਾ ਹੈ। ਹੇ ਮਨਾ ਵੱਡੇ ਭਾਗ ਹਨ, ਹੇ ਬੈਰਾਗੀ ਮਨ ਤੇਰੇ ਅੰਦਰ ਵਾਹਿਗੁਰੂ ਦਾ ਪ੍ਰੇਮ ਲੱਗ ਗਿਆ ਹੈ। ਵੱਡ ਭਾਗੀ ਹਰ ਮਨ ਰਾਖ, ਹੇ ਵੱਡਿਆਂ ਭਾਗਾਂ ਵਾਲਿਆ ਪੁਰਖਾ ਹਰ ਪਰਮੇਸ਼ਰ ਦਾ ਨਾਮ ਆਪਣੇ ਮਨ ਵਿੱਚ ਵਸਾ ਕੇ ਰੱਖ, ਚੇਤੇ ਰੱਖ। ਮਿਲ ਸੰਗਤ ਸਰਦਾ ਉਪਜੈ, ਜਾਂ ਹਰ ਭਾਉ ਲੱਗਾ ਬੈਰਾਗੀ ਆ। ਕਹਿੰਦੇ ਵੀ ਜਿਹਨਾਂ ਵੈਰਾਗਵਾਨਾਂ ਪੁਰਖਾਂ ਦੇ ਅੰਦਰ ਹਰ ਪਰਮੇਸ਼ਰ ਦੀ ਪ੍ਰਾਪਤੀ ਦਾ ਭਾਵ ਪ੍ਰੇਮ ਲੱਗਿਆ ਹੋਇਆ ਹੈ ਨਾ, ਵਡਭਾਗੀ ਹਰ ਮਨ ਰਾਖ, ਉਹ ਵੱਡਿਆਂ ਭਾਗਾਂ ਵਾਲੇ ਕੀ ਕਰਦੇ ਵੀ ਹਰ ਵਕਤ ਹੀ ਮਨ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਹੀ ਵਸਾ ਕੇ ਰੱਖਦੇ ਨੇ, ਆਪਣੇ ਚਿੱਤ ਨੂੰ ਵਾਹਿਗੁਰੂ ਵਿੱਚ ਜੋੜੀ ਰੱਖਦੇ ਹਨ। ਮਿਲ ਸੰਗਤ ਸਰਦਾ ਉਪਜੈ, ਮਿਲ ਸੰਗਤ ਸਤ ਸੰਗਤ ਦੇ ਨਾਲ ਮਿਲ ਕੇ ਹੀ ਪਾਤਸ਼ਾਹ ਕਹਿੰਦੇ ਭਾਈ ਸਰਧਾ ਉਪਜੈ, ਵਾਹਿਗੁਰੂ ਦੇ ਨਾਮ ਨੂੰ ਚਿੱਤ ਵਿੱਚ ਵਸਾਉਣ ਦੀ ਜੋ ਸ਼ਰਧਾ ਹੈ, ਲਗਨ, ਪ੍ਰੇਮ, ਇਹ ਸੰਗਤ ਵਿੱਚ ਪੈਦਾ ਹੁੰਦਾ ਹੈ। ਜਦੋਂ ਸਤ ਸੰਗਤ ਵਿੱਚ ਮਹਾਰਾਜ ਦੀ ਆਪਾਂ ਗੁਰਬਾਣੀ ਸਰਵਣ ਕਰਦੇ ਹਾਂ, ਇੱਥੇ ਕਈ ਐਸੀਆਂ ਮਹਾਨ ਰੰਗੀਆਂ ਰੂਹਾਂ ਆਉਂਦੀਆਂ ਨੇ ਜਿਨ੍ਹਾਂ ਦਾ ਸਵਾਸ ਸਵਾਸ ਸਿਮਰਨ ਚੱਲਦਾ ਹੈ, ਉਹਨਾਂ ਦੀ ਸੰਗਤ ਕਰਦੇ ਹਾਂ, ਮਹਾਂਪੁਰਖਾਂ ਦੀ ਗੁਰਮੁਖਾਂ ਦੇ ਦਰਸ਼ਨ ਕਰਦੇ ਹਾਂ ਤਾਂ ਮਨ ਵਿੱਚ ਸ਼ਰਧਾ ਉਪਜਦੀ ਹੈ ਵੀ ਮੈਂ ਵੀ ਨਾਮ ਜਪਾਂ। ਇਸੇ ਲਈ ਚੌਥੇ ਪਾਤਸ਼ਾਹ ਨੇ ਇਸ਼ਾਰਾ ਕੀਤਾ ਹੈ ਮਿਲ ਸੰਗਤ ਸਰਧਾ ਉਪਜੈ, ਵੀ ਸਤ ਸੰਗਤ ਦੇ ਵਿੱਚ ਮਿਲ ਕੇ ਹੀ ਨਾ ਵਾਹਿਗੁਰੂ ਦੇ ਨਾਮ ਨੂੰ ਜਪਣ ਦੀ, ਚਿੱਤ ਵਿੱਚ ਵਸਾਉਣ ਦੀ ਸ਼ਰਧਾ ਲਗਨ ਪੈਦਾ ਹੁੰਦੀ ਹੈ। ਗੁਰ ਸ਼ਬਦੀ ਹਰ ਰਸ ਚਾਖ, ਅਤੇ ਗੁਰ ਸ਼ਬਦੀ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਹਰ ਰਸ ਚਾਖ, ਅਤੇ ਹਰੀ ਦਾ ਜੋ ਨਾਮ ਰਸ ਹੈ, ਆਨੰਦ ਹੈ, ਉਹਨੂੰ ਚੱਖਣਾ ਕਰੀਦਾ। ਇਸ ਕਰਕੇ ਇਹ ਭਾਈ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਤੂੰ ਵੀ ਸਤ ਸੰਗਤ ਵਿੱਚੋਂ ਹਰ ਨਾਮ ਰਸ ਚੱਖਣਾ ਕਰ। ਸਭ ਮਨ ਤਨ ਹਰਿਆ ਹੋਇਆ, ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਨਾਮ ਦੇ ਰਸ ਨੂੰ ਚੱਖਿਆ ਹੈ, ਸਭ ਮਨ ਤਨ ਹਰਿਆ ਹੋਇਆ, ਉਹਨਾਂ ਦਾ ਮਨ ਵੀ ਉਹਨਾਂ ਦਾ ਤਨ ਵੀ ਅਤੇ ਸਭ ਸਾਰਾ ਕੁਝ ਹੀ ਸ਼ੁਭ ਗੁਣਾਂ ਦੀ ਹਰਿਆਵਲਤਾ ਦੇ ਸਹਿਤ ਹਰਿਆ ਹੋ ਗਿਆ। ਇਹ ਭਾਵ ਜਿਵੇਂ ਸੁੱਕਾ ਦਰਖਤ ਕੋਈ ਹਰਿਆ ਹੁੰਦਾ, ਇਵੇਂ ਜਿਨ੍ਹਾਂ ਨੇ ਨਾਮ ਦਾ ਰਸ ਚੱਖਿਆ ਏ ਉਹਨਾਂ ਦੇ ਅੰਦਰ ਸ਼ੁਭ ਗੁਣ ਪ੍ਰਗਟ ਹੋ ਗਏ ਨੇ, ਇਹੀ ਹਰਿਆਵਲਤਾ ਹੋਈ ਹੈ। ਗੁਰਬਾਣੀ ਹਰ ਗੁਣ ਪਾਕ, ਇਸ ਕਰਕੇ ਹੇ ਭਾਈ ਤੂੰ ਵੀ ਨਾ ਜੋ ਗੁਰਾਂ ਦੀ ਬਾਣੀ ਹੈ ਇਸ ਗੁਰਬਾਣੀ ਨੂੰ ਪੜ੍ਹ, ਅਤੇ ਗੁਰਬਾਣੀ ਦੁਆਰਾ ਹਰ ਪਰਮੇਸ਼ਰ ਦੇ ਗੁਣਾਂ ਨੂੰ ਭਾਖ ਨਾਮ ਹੁੰਦਾ ਉਚਾਰਨ ਕਰਨ ਦਾ, ਗੁਣਾਂ ਨੂੰ ਉਚਾਰਿਆ ਕਰ ਗੁਰਬਾਣੀ ਦੁਆਰਾ। ਮਨ ਪਿਆਰਿਆ ਮਿੱਤਰਾ, ਮਹਾਰਾਜ ਕਹਿੰਦੇ ਹੇ ਮੇਰੇ ਪਿਆਰੇ ਮਨਾ ਬਾਣੀ ਦੇ ਸਰੀਰ ਦੇ ਮਿੱਤਰ ਸੱਜਣਾ, ਬਾਣੀ ਕਰਕੇ ਤੂੰ ਮਨ ਪਿਆਰਾ ਹੈ, ਸਰੀਰ ਕਰਕੇ ਤੂੰ ਮੇਰਾ ਸੱਜਣ ਹੈ, ਜਾਂ ਹੇ ਮੇਰੇ ਪਿਆਰਿਆ ਮਿੱਤਰਾ ਮਨਾ ਹਰ ਹਰ ਨਾਮ ਰਸ ਚਾਖ, ਤੂੰ ਵੀ ਹਰ ਹਰ ਪਰਮੇਸ਼ਰ ਜੋ ਸਭ ਦੇ ਪਾਪ ਹਰਨ ਵਾਲਾ ਏ, ਸਭ ਨੂੰ ਹਰੇ ਭਰੇ ਕਰਨ ਵਾਲਾ ਹੈ,
ਉਸ ਪਰਮੇਸ਼ਰ ਦੇ ਨਾਮ ਰਸ ਨੂੰ ਚਾਖ ਚੱਖਣਾ ਕਰ। ਚੱਖਣਾ ਭਾਵ ਕਿ ਆਪਣੀ ਜ਼ਬਾਨ 'ਤੇ ਰੱਖ, ਜ਼ਬਾਨ ਦੁਆਰਾ ਰਸਨਾ ਦੁਆਰਾ ਨਾਮ ਨੂੰ ਜਪਿਆ ਕਰ। ਗੁਰਪੂਰੈ ਹਰ ਪਾਇਆ, ਗੁਰਪੂਰੈ ਹਰ ਪਾਇਆ। ਕਹਿੰਦੇ ਵੀ ਮਨਾ ਜਿਨ੍ਹਾਂ ਨੇ ਵੀ ਪੂਰਨ ਸਤਿਗੁਰੂ ਸਾਹਿਬ ਦੀ ਸੰਗਤ ਕਰਕੇ ਅਤੇ ਗੁਰਾਂ ਦੁਆਰਾ ਹਰ ਪਰਮੇਸ਼ਰ ਨੂੰ ਹਰੀ ਪਰਮੇਸ਼ਰ ਦੇ ਨਾਮ ਰਸ ਨੂੰ ਪਾਉਣਾ ਕੀਤਾ ਹੈ, ਕਿਉਂਕਿ ਪੂਰਨ ਗੁਰਾਂ ਦੁਆਰਾ ਹੀ ਹਰ ਨਾਮ ਰਸ ਤੇ ਹਰੀ ਪਾਇਆ ਜਾਂਦਾ ਹੈ ਤੇ ਜਿਨ੍ਹਾਂ ਨੇ ਪਾਇਆ ਹਲਤ ਪਲਤ ਪਤ ਰਾਖ, ਉਹਨਾਂ ਦੀ ਪਰਮੇਸ਼ਰ ਹਲਤ ਪਲਤ ਲੋਕ ਪਰਲੋਕ ਦੀ ਪਤ ਰਾਖ, ਪਤ ਇੱਜ਼ਤ ਰੱਖਦਾ ਹੈ। ਤੂੰ ਵੀ ਗੁਰਾਂ ਦੁਆਰਾ ਨਾਮ ਰਸ ਚੱਕ ਕੇ ਤੇ ਆਪਣੀ ਇੱਜ਼ਤ ਪਤ ਰੱਖ ਲੈ, ਇੱਥੇ ਵਿਕਾਰਾਂ ਦੇ ਅੱਗੇ ਰੁਲਣ ਬਚਾ ਲਏਗਾ, ਅੱਗੇ ਜਮਾਂ ਦੇ ਅੱਗੋਂ ਆਪਣੀ ਇੱਜ਼ਤ ਰੋਲਣੋਂ ਬਚਾ ਲੈਣਾ ਕਰ। ਗੁਰ ਸ਼ਰਣੀ ਪੈ ਰਹਾਉ ਹਰ ਹਰ ਨਾਮ ਧਿਆਈ ਹੈ। ਪਾਤਸ਼ਾਹ ਕਹਿੰਦੇ ਭਾਈ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹਰੀ ਪਰਮੇਸ਼ਰ ਹੈ, ਉਹਦੇ ਨਾਮ ਨੂੰ ਧਿਆਈਏ, ਧਿਆਉਣਾ, ਆਰਾਧਨਾ ਕਰ। ਹਰ ਕੀਰਤ ਗੁਰਮੁਖ ਚਾਖ, ਅਤੇ ਗੁਰਮੁਖਾਂ ਦੀ ਸੰਗਤ ਕਰਕੇ ਜਾਂ ਗੁਰਮੁਖ ਮੁਖੀ ਗੁਰੂ ਸਾਹਿਬ ਦੁਆਰਾ ਹਰੀ ਪਰਮੇਸ਼ਰ ਦੀ ਜੋ ਕੀਰਤਨ ਭਗਤੀ ਹੈ ਇਹਦਾ ਰਸ ਚੱਖਣਾ ਕਰ। ਭਾਵ ਕੀਰਤਨ ਕਰਿਆ ਕਰ, ਮਹਿਮਾ ਕਰਿਆ ਕਰ। ਤਨ ਧਰਤੀ ਹਰ ਬੀਜੀਐ, ਜਿਵੇਂ ਕਿਸਾਨ ਖੇਤ ਬੀਜਦਾ ਹੈ ਐਵੇਂ ਆਪਣੇ ਤਨ ਨੂੰ ਹੀ ਧਰਤੀ ਸਮਝ ਲੈ। ਇਹ ਨਾ ਆਖੀ ਵੀ ਮੇਰੇ ਕੋਲ ਜ਼ਮੀਨ ਨਹੀਂ ਹੈਗੀ, ਇਹਨੂੰ ਜ਼ਮੀਨ ਸਮਝ ਜਿਹੜਾ ਮਨੁੱਖਾ ਜਨਮ ਹੈ। ਇਹ ਮਨੁੱਖਾ ਤਨ ਸਰੀਰ ਰੂਪੀ ਧਰਤੀ ਦੇ ਵਿੱਚ ਹਰ ਬੀਜੀ ਹੈ, ਜਿਹੜਾ ਮਨ ਹੈ ਨਾ ਇਹਨੂੰ ਕਿਸਾਨ ਬਣਾ ਕੇ, ਇਹਨੂੰ ਜ਼ਿਮੀਂਦਾਰ ਬਣਾ ਕਰਕੇ, ਸਤ ਸੰਤੋਖ ਰੂਪੀ ਬਲਦ ਬਣਾ ਕੇ, ਵਿਚਾਰ ਰੂਪੀ ਹੱਲ ਬਣਾ ਕੇ, ਵਾਹ ਖੇਤ ਨੂੰ ਭਾਵ ਕੇ ਸ਼ੁਭ ਗੁਣ ਅੰਦਰ ਧਾਰਨ ਕਰ ਅਤੇ ਇਹਦੇ ਦੁਆਰਾ ਹਰ ਪਰਮੇਸ਼ਰ ਦਾ ਨਾਮ ਰੂਪੀ ਬੀਜ ਬੀਜਣਾ ਕਰ। ਭਾਵ ਸਰੀਰ ਵਿੱਚ ਨਾਮ ਜਪ ਮਨੁੱਖਾ ਜਨਮ ਮਿਲਿਆ ਹੈ ਤਾਂ ਵਿੱਚ ਸੰਗਤ ਹਰ ਪ੍ਰਭ ਰਾਖ, ਵਿੱਚ ਸੰਗਤ ਹਰ ਪ੍ਰਭ ਰਾਖ, ਕਿਉਂਕਿ ਹਰੀ ਪਰਮੇਸ਼ਰ ਨੇ ਆਪਣਾ ਆਪ ਸਤ ਸੰਗਤ ਵਿੱਚ ਰੱਖਿਆ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸਤ ਸੰਗਤ ਵਿੱਚ ਹਰੀ ਆਪ ਵੱਸਦਾ ਹੈ। ਜਿੱਥੇ ਤੁਸੀਂ ਬੈਠੇ ਹੋ ਨਾ, ਜਿੱਥੇ ਆਪਾਂ ਬੈਠੇ ਹਾਂ ਇੱਕ ਦੂਜੇ ਦੇ ਸੰਗਤ ਰੂਪ ਦੇ ਵਿੱਚ, ਜਿੱਥੇ ਰੱਬ ਆਪ ਆਪਣਾ ਆਪ ਰੱਖਿਆ ਹੈ ਪਰਮੇਸ਼ਰ ਨੇ। ਅਤੇ ਇਸ ਕਰਕੇ ਮਹਾਰਾਜ ਕਹਿੰਦੇ ਤੂੰ ਨਾਮ ਜਪ ਸੰਗਤ ਦੁਆਰਾ, ਅਤੇ ਇਹ ਸਰੀਰ ਰੂਪੀ ਖੇਤ ਵਿੱਚ ਵਾਹਿਗੁਰੂ ਦਾ ਨਾਮ ਬੀਜ ਮਨ ਨੂੰ ਕਿਸਾਨ ਬਣਾ ਕੇ, ਕਿਉਂਕਿ ਮਨ ਵੀ ਇੱਧਰ ਜੋੜਨਾ ਹੈ, ਜਾਂ ਵਿੱਚ ਸੰਗਤ ਹਰ ਪ੍ਰਭ ਰਾਖ, ਹੇ ਭਾਈ ਤੂੰ ਇਹ ਨਾਮ ਰੂਪੀ ਖੇਤੀ ਬੀਜ ਕੇ ਅਤੇ ਫਿਰ ਰਾਖ ਰਾਖੀ ਕਰੀ ਦੀ ਹੈ ਨਾ ਖੇਤ ਦੀ, ਜੇ ਸਤ ਸੰਗਤ ਦੇ ਵਿੱਚ ਮਿਲ। ਜਿਹੜਾ ਸਤ ਸੰਗਤ ਦੇ ਵਿੱਚ ਮਿਲਣਾ ਹੈ ਇਹੀ ਆਪਣੇ ਸਰੀਰ ਰੂਪੀ ਧਰਤੀ 'ਚ ਬੀਜੀ ਹੋਈ ਖੇਤੀ ਨੂੰ ਵਿਕਾਰਾਂ ਤੋਂ ਬਚਾਉਣ ਵਾਸਤੇ ਮਹਾਰਾਜ ਸਾਹਿਬ ਜੀ ਦੀ ਜੋ ਸੰਗਤ ਹੈ ਇਹਦੇ ਵਿੱਚ ਆਪਣੇ ਆਪ ਨੂੰ ਜੋ ਰਾਖ ਰੱਖਣਾ ਕਰ, ਇਹੀ ਤੇਰੀ ਰਾਖੀ ਹੋਵੇਗੀ ਸ਼ੁਭ ਗੁਣਾਂ ਦੀ ਖੇਤੀ ਦੀ। ਅੰਮ੍ਰਿਤ ਹਰ ਹਰ ਨਾਮ ਹੈ, ਅੰਮ੍ਰਿਤ ਦੁਨੀਆ ਨੇ ਬਹੁਤ ਪ੍ਰਕਾਰ ਦੇ ਆਪਣੇ ਹਿਸਾਬ ਨਾਲ ਮੰਨੇ ਨੇ, ਪਰ ਮਹਾਰਾਜ ਕਹਿੰਦੇ ਅੰਮ੍ਰਿਤ ਹਰ ਹਰ ਨਾਮ ਹੈ, ਵੀ ਹਰ ਹਰ ਪਰਮੇਸ਼ਰ ਦਾ ਨਾਮ ਅੰਮ੍ਰਿਤ ਹੈ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ। ਗੁਰਪੂਰੈ ਹਰ ਰਸ ਚਾਖ, ਤੇ ਉਸ ਪਰਮੇਸ਼ਰ ਦੇ ਨਾਮ ਰਸ ਨੂੰ ਜਾਂ ਰਸ ਆਨੰਦ ਨੂੰ ਵੀ ਕਹਿੰਦੇ ਨੇ।
ਵੀ ਉਸ ਨਾਮ ਦੇ ਆਨੰਦ ਨੂੰ ਸਵਾਦ ਨੂੰ ਪੂਰਨ ਸਤਿਗੁਰਾਂ ਦੇ ਨਾਲ ਮਿਲ ਕੇ ਸਤਿਗੁਰਾਂ ਦੀ ਸੰਗਤ ਦੁਆਰਾ ਚਖਣਾ ਕਰ ਭਾਵ ਗੁਰਾਂ ਦੁਆਰਾ ਨਾਮ ਜਪ। ਮਨਮੁਖ ਤ੍ਰਿਸ਼ਨਾ ਭਰ ਰਹੇ, ਮਨਮੁਖ ਪੁਰਖ ਜਿਹੜੇ ਨੇ ਨਾ, ਜਿਹੜੇ ਆਪਣੇ ਮਨ ਦੇ ਆਖੇ ਲੱਗਣ ਵਾਲੇ, ਜਿਵੇਂ ਕਹਿ ਦਿੰਦੇ ਵੀ ਮੇਰੇ ਮਨ ਦੀ ਮਰਜ਼ੀ, ਜਿਹੜੇ ਮਨ ਦੀਆਂ ਮਰਜ਼ੀਆਂ ਕਹਿਣ ਵਾਲੇ ਨੇ, ਮਨ ਦੇ ਆਖੇ ਲੱਗਣ ਵਾਲੇ ਪੁਰਖ, ਤ੍ਰਿਸ਼ਨਾ ਭਰ ਰਹੇ, ਉਹ ਆਪਣੇ ਚਿੱਤ ਤ੍ਰਿਸ਼ਨਾ ਰੂਪੀ ਅੱਗ ਦੇ ਨਾਲ ਹੀ ਭਰ ਰਹੇ ਨੇ। ਤ੍ਰਿਸ਼ਨਾ ਦੇ ਨਾਲ ਭਰੇ ਹੋਏ ਭਾਵ ਲਿਬੜੇ ਹੋਏ ਹਨ ਹਰ ਸਮੇਂ। ਕਿਉਂਕਿ ਉਹਨਾਂ ਨੇ ਮਨ ਵਿੱਚ ਆਸਾ ਬੰਨੀ ਹੋਈ, ਆਸ ਲਾਈ ਹੋਈ ਹੈ, ਦਹਿ ਦਿਸ ਦਸਾਂ ਦਿਸ਼ਾਵਾਂ ਦੇ ਵਿੱਚ ਜਾਂਦੇ ਨੇ। ਬਹੁ ਲਾਖ ਵੀ ਬਹੁਤ ਹੀ ਸਾਰੇ ਲੱਖ ਲੱਖਾਂ ਹੀ ਪਦਾਰਥ ਜਾਂ ਲੱਖਾਂ ਦੇ ਹੀ ਪਦਾਰਥ ਸਾਨੂੰ ਪ੍ਰਾਪਤ ਹੋ ਜਾਣ, ਦਸਾਂ ਦਿਸ਼ਾਵਾਂ ਦੇ ਵਿੱਚ ਲੱਖਾਂ ਦੀ ਵੀ ਆਸਾ ਲਾ ਕਰਕੇ ਤੁਰੇ ਫਿਰਦੇ ਹਨ, ਜਾਂ ਲਾਖ ਨਾਮ ਲਕਸ਼ ਦਾ ਵੀ ਹੁੰਦਾ ਵੀ ਨਿਸ਼ਾਨਾ। ਉਹਨਾਂ ਦੇ ਮਨ ਦੇ ਵਿੱਚ ਆਸਾ ਲੱਗੀ ਹੈ, ਦਸਾਂ ਦਿਸ਼ਾਵਾਂ ਦੇ ਵਿੱਚ ਬਹੁਤ ਹੀ ਲਾਖ ਉਹ ਚਾਹਨਾ ਕਰਕੇ ਨਿਸ਼ਾਨਾ ਬਣਾ ਕੇ ਤੁਰੇ ਫਿਰਦੇ ਹਨ ਪਦਾਰਥਾਂ ਹਿੱਤ। ਬਿਨ ਨਾਵੈ ਤ੍ਰਿਗ ਜੀਵ ਦੇ, ਜੋ ਨਾਮ ਨਹੀਂ ਨਾ ਜਪਦੇ, ਜਿਹੜਾ ਨਾਮ ਦੇ ਬਿਨਾਂ ਜੀਵਨ ਹੈ ਸਾਧ ਸੰਗਤ ਜੀ, ਪਰਮੇਸ਼ਰ ਦੇ ਨਾਮ ਜਪਣ ਤੋਂ ਬਗੈਰ, ਬਿਨ ਨਾਵੈ ਤ੍ਰਿਗ ਜੀਵ ਦੇ, ਨਾਮ ਤੋਂ ਬਿਨਾਂ ਜਿਹੜੇ ਨੇ ਉਹਨਾਂ ਦਾ ਜੀਵਨ ਜੋ ਹੈ, ਉਹਨਾਂ ਦੀ ਜ਼ਿੰਦਗੀ ਜੋ ਹੈ ਤ੍ਰਿਗ ਤ੍ਰਿਕਾਰ ਯੋਗ ਹੈ, ਐਸੀ ਜ਼ਿੰਦਗੀ ਨੂੰ ਫਿਟਕਾਰ ਹੈ, ਲਾਹਨਤ ਹੈ ਜਿਹੜੇ ਨਾਮ ਤੋਂ ਬਿਨਾਂ ਲੰਘਦੀ ਏ। ਵਿੱਚ ਬਿਸ਼ਟਾ ਮਨਮੁਖ ਰਾਖ, ਜਿਵੇਂ ਹਰ ਇੱਕ ਨੇ ਆਪਣਾ ਨਿਵਾਸ ਬਣਾਇਆ ਹੁੰਦਾ ਵੀ ਇਹ ਮੇਰਾ ਨਿਵਾਸ ਅਸਥਾਨ ਹੈ, ਰਿਹਾਇਸ਼ ਹੈ। ਜਿਹੜੇ ਮਨਮੁਖ ਨੇ ਮਹਾਰਾਜ ਕਹਿੰਦੇ ਵਿੱਚ ਬਿਸ਼ਟਾ ਮਨਮੁਖ ਰਾਖ, ਮਨਮੁਖਾਂ ਨੇ ਆਪਣੀ ਰਿਹਾਇਸ਼ ਗੰਦਗੀ ਦੇ ਵਿੱਚ ਬਿਸ਼ਟਾ ਜੀ ਰੱਖੀ ਹੋਈ ਹੈ, ਭਾਵ ਕਿ ਮਨਮੁਖ ਵਾਰ ਵਾਰ ਜੋ ਗਰਭ ਵਿੱਚ ਪੈਣ ਰੂਪੀ ਵਿਸ਼ਟਾ ਦੇ ਵਿੱਚ ਜਾਂ ਫਿਰ ਨਰਕਾਂ 'ਚ ਪੈਣ ਰੂਪੀ ਵਿਸ਼ਟਾ ਦੇ ਵਿੱਚ ਜਾਂ ਪ੍ਰਤਾਖੀ ਜੋ ਗੰਦਗੀ ਦੇ ਕੀੜੇ ਬਣ ਕੇ ਉਹਦੇ ਵਿੱਚ ਹੀ ਉਹਨਾਂ ਆਪਣੇ ਆਪ ਨੂੰ ਰੱਖਣਾ ਕੀਤਾ। ਸਦਾ ਗੰਦਗੀ 'ਚ ਹੀ ਮਨਮੁਖਾਂ ਦੀ ਰਿਹਾਇਸ਼ ਹੈ, ਉਹਨਾਂ ਨੂੰ ਗੰਦਗੀ 'ਚ ਹੀ ਰੱਖਿਆ ਜਾਂਦਾ ਵਿਸ਼ਟਾ ਦੇ ਅੰਦਰ। ਆਵੈ ਜਾਹੇ ਪਵਾਈ ਆ, ਓਏ ਆਵਹਿ ਜਾਹੇ ਪਵਾਈ ਆ ਹੈ, ਉਹ ਮਨਮੁਖ ਜਨਮ ਧਾਰ ਕੇ ਆਉਂਦੇ ਨੇ ਵਾਸ਼ਨਾ ਦੇ ਵੱਧੇ ਹੋਏ, ਮਰ ਕੇ ਜਾਂਦੇ ਨੇ ਪਰਾਲਬਦ ਉਮਰ ਪੂਰੀ ਹੋਈ ਤੋਂ ਚਲੇ ਜਾਂਦੇ ਹਨ, ਇਉਂ ਭਵਾਈ ਹੈ ਬਹੁਤ ਸਾਰੀਆਂ ਜੂਨਾਂ ਜੀ ਭਵਾਏ ਫੇਰੇ ਜਾਂਦੇ ਹਨ। ਬਹੁ ਜੂਨੀ ਦੁਰਗੰਧ ਭਾਖ, ਬਹੁ ਜੂਨੀ ਦੁਰਗੰਧ, ਦੁਰਗੰਧ ਭਾਖ, ਦੁਰਗੰਧ ਪਾਸ ਹੈ ਵੀ ਬਹੁਤੀਆਂ ਜੂਨਾਂ ਦੇ ਵਿੱਚ ਪੈ ਕੇ, ਕਿਉਂਕਿ ਦੁਰਗੰਧ ਵੱਖੋ ਵੱਖ ਨਹੀਂ ਪਾਠ ਹੋਣ ਦੇਣਾ, ਦੁਰਗੰਧ ਇਕੱਠਾ ਹੀ ਪਾਠ ਹੈ ਵੀ ਬਹੁਤ ਸਾਰੀਆਂ ਜੂਨੀਆਂ ਦੇ ਵਿੱਚ ਵਿਸ਼ਿਆਂ ਰੂਪੀ ਦੁਰਗੰਧੀ ਵਿੱਚ ਹੀ ਭਾਖ ਨਾਮ ਹੈ ਭਖਣਾ ਖਾਣਾ ਭੋਜਨ, ਵੀ ਬਹੁਤ ਹੀ ਜੋ ਦੁਰਗੰਧੀ ਹੈ ਵਿਸ਼ੇ ਵਿਕਾਰਾਂ ਰੂਪੀ ਉਹੀ ਭਖਣਾ ਕਰਦੇ ਹਨ ਹਰ ਸਮੇਂ। ਬਹੁ ਜੋਨੀ ਦੁਰਗੰਧ ਭਾਖ, ਬਹੁਤੀਆਂ ਜੂਨਾਂ 'ਚ ਧੱਕੇ ਖਾਂਦੇ ਨੇ ਅਤੇ ਹਰ ਇੱਕ ਜੂਨ ਦੇ ਵਿੱਚ ਵਿਸ਼ੇ ਵਿਕਾਰਾਂ ਰੂਪੀ ਦੁਰਗੰਧੀ ਹੀ ਖਾਂਦੇ ਹਨ, ਵਿਸ਼ੇ ਵਿਕਾਰਾਂ ਨੂੰ ਭੋਗਣ ਵਾਲੀਆਂ ਦੁਰਗੰਧ, ਦੁਰਗੰਧ ਹੁੰਦੀਆਂ ਗੰਦੀਆਂ ਬਾਤਾਂ ਵਿਸ਼ੇ ਭੋਗਣ ਵਾਲੀਆਂ ਕਰਦੇ ਹਨ। ਤ੍ਰਾਏ ਤ੍ਰਾਏ ਸਰਣਾਗਤੀ, ਸਰਣਾਗਤੀ, ਤ੍ਰਾਹੇ ਤ੍ਰਾਹੇ ਸਰਣਾਗਤੀ,
ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿੰਦੇ ਹੇ ਪਾਤਸ਼ਾਹ, ਮਨ ਬਾਣੀ ਸਰੀਰ ਕਰਕੇ ਅਸੀਂ ਤੁਹਾਡੀ ਸਰਣਾਗਤੀ ਸ਼ਰਨ ਓੜ ਵਿੱਚ ਆ ਕੇ ਗਤ ਪ੍ਰਾਪਤ ਹੋਏ ਹਾਂ। ਇਸ ਲਈ ਮਹਾਰਾਜ ਸਾਡੀ ਤਰਾਹੇ ਤਰਾਹੇ ਹੈ, ਭਾਵ ਰੱਖਿਆ ਕਰੋ, ਰੱਖਿਆ ਕਰੋ ਮਹਾਰਾਜ ਸਾਡੀ। ਹਰ ਦਇਆ ਧਾਰ ਪ੍ਰਭ ਰਾਖ, ਇਹ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਇਆ ਕਰੋ ਮਹਾਰਾਜ, ਤੇ ਦਇਆ ਦ੍ਰਿਸ਼ਟੀ ਧਾਰਨ ਕਰਕੇ ਰਾਖ ਰੱਖ ਲੈਣਾ ਕਰੋ ਸਾਨੂੰ ਵਿਕਾਰਾਂ ਵੱਲੋਂ, ਜੰਮਣ ਮਰਨ ਵੱਲੋਂ। ਸੰਤ ਸੰਗਤ ਮਿਲਾਪ ਕਰ, ਸੰਤ ਸੰਗਤ ਮਿਲਾਪ ਕਰ ਮਹਾਰਾਜ, ਸਾਨੂੰ ਜਿਹੜੇ ਤੇਰੇ ਸੰਤ ਸਵਾਸ ਸਵਾਸ ਨਾਮ ਜਪਣ ਵਾਲੇ ਨੇ, ਉਹਨਾਂ ਸਤਸੰਗੀ ਜਨਾਂ ਦੀ ਸੰਗਤ ਦਾ ਮਿਲਾਪ ਕਰਾਉਣਾ ਕਰੋ, ਉਹਨਾਂ ਦੀ ਮਿਲਾਪ ਸੰਗਤ ਵਿੱਚ ਰੱਖ ਨਾਮ ਜਪਣ ਵਾਲਿਆਂ ਦੀ। ਹਰ ਨਾਮ ਮਿਲੈ ਪਤ ਰਾਖ, ਜਿਸ ਕਰਕੇ ਮਹਾਰਾਜ ਸਤਸੰਗਤ ਵਿੱਚੋਂ ਹਰ ਨਾਮ ਮਿਲੈ, ਆਪ ਜੀ ਦਾ ਹਰ ਹਰ ਅੰਮ੍ਰਿਤ ਨਾਮ ਪ੍ਰਾਪਤ ਹੋਵੇ ਸਾਨੂੰ, ਅਤੇ ਪਤ ਫਿਰ ਇਸ ਲੋਕ ਦੇ ਵਿੱਚ ਇੱਜ਼ਤ ਰੱਖੇ ਤੁਹਾਡਾ ਨਾਮ ਜੋ ਇੱਜ਼ਤ ਰੱਖਣ ਵਾਲਾ, ਤੇ ਸਾਖ ਨਾਮ ਗਵਾਹੀ ਦਾ, ਪਰਲੋਕ ਵਿੱਚ ਵੀ ਜਿਹੜਾ ਨਾਮ ਜਪਿਆ ਹੋਇਆ ਗਵਾਹੀ ਦੇਵੇਗਾ, ਜਾਂ ਸਾਖ ਨਾਮ ਹੈ ਸਾਧ ਸੰਗਤ ਇਤਬਾਰ ਦਾ ਵੀ ਇਹ ਮਨੁੱਖਾ ਜਨਮ ਪ੍ਰਾਪਤ ਕਰਕੇ ਗਿਆ ਸੀ, ਇਹਦਾ ਇਤਬਾਰ ਬਣ ਗਿਆ ਵੀ ਇਹਨੇ ਨਾਮ ਜਪਿਆ ਹੈ। ਇਵੇਂ ਸਤ ਸੰਤਾਂ ਦੀ ਸੰਗਤ ਵਿੱਚ ਮਹਾਰਾਜ ਸਾਨੂੰ ਮਿਲਾ ਕੇ ਰੱਖਣਾ ਕਰੋ, ਹਰੀ ਦਾ ਨਾਮ ਪ੍ਰਾਪਤ ਹੋਵੇ ਜਿਹੜਾ ਇੱਜ਼ਤ ਪਤ ਰੱਖਣ ਵਾਲਾ ਹੈ। ਹਰ ਹਰ ਨਾਮ ਧਨ ਪਾਇਆ, ਹਰ ਹਰ ਨਾਮ ਧਨ ਪਾਇਆ, ਹਰੀ ਦਾ ਨਾਮ ਧਨ ਸਤ ਸੰਗਤ ਦੇ ਵਿੱਚੋਂ ਹੀ ਪਾਇਆ ਜਾਂਦਾ ਹੈ, ਜਿਨ੍ਹਾਂ ਨੇ ਪਾਇਆ ਏ ਜਨ ਨਾਨਕ ਗੁਰਮਤਿ ਭਾਖ, ਉਹ ਹਰੀ ਦਾ ਨਾਮ ਗੁਰੂ ਦੀ ਮਤ ਦੁਆਰਾ ਭਾਖ ਉਚਾਰਨ ਕਰਦੇ ਨੇ, ਹੇ ਜਨ ਜਨ ਨਾਨਕ ਗੁਰਮਤਿ ਭਾਖ। ਮਹਾਰਾਜ ਸਾਹਿਬ ਕਹਿੰਦੇ ਵੀ ਗੁਰਮੁਖ ਜਨ ਗੁਰੂ ਦੀ ਸਿੱਖਿਆ ਲੈ ਕੇ ਨਾਮ ਨੂੰ ਭਾਖ ਉਚਾਰਨ ਕਰਦੇ ਰਹਿੰਦੇ ਨੇ, ਤੂੰ ਵੀ ਗੁਰਮਤ ਦੁਆਰਾ ਭਾਖ ਉਚਾਰਨ ਕਰ। ਮਾਰੂ ਮਹੱਲਾ ਚੌਥਾ ਘਰ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਾਰੂ ਰਾਗ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਪੰਜਵੇਂ ਘਰ ਸੁਰ ਤਾਲ ਦੇ ਵਿੱਚ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਵਾਹਿਗੁਰੂ ਇੱਕ ਹੈ, ਉਹਦੇ ਅਰਗਾ ਹੋਰ ਕੋਈ ਨਹੀਂ, ਉਹ ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਤ ਤ੍ਰੈ ਕਾਲ ਬਾਅਦ ਹੈ, ਕਦੀ ਨਾਸ਼ ਨਹੀਂ ਹੁੰਦਾ, ਗੁਰ ਚੇਤਨ ਹੈ, ਸ਼ਕਤੀਸ਼ਾਲੀ ਹੈ, ਅਤੇ ਪ੍ਰਸਾਦ ਆਨੰਦ ਸਰੂਪ ਹੈ, ਜਿਹਨੂੰ ਸਤ ਚਿੱਤ ਆਨੰਦ ਸਰੂਪ ਕਹਿੰਦੇ ਹਨ, ਅਤੇ ਸਤਿਗੁਰੂ ਸਾਹਿਬ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਉਹ ਵਾਹਿਗੁਰੂ ਪ੍ਰਾਪਤ ਹੁੰਦਾ ਹੈ। ਇਹ ਵਸਤੂ ਨਿਰਦੇਸ਼ ਮੰਗਲ ਕਰਕੇ ਮਹਾਰਾਜ ਸਾਹਿਬ ਜੀ ਅੱਗੇ ਉਪਦੇਸ਼ ਦਿੰਦੇ ਹਨ। ਹਰ ਹਰ ਭਗਤ ਭਰੇ ਭੰਡਾਰਾ, ਗੁਰੂ ਰਾਮਦਾਸ ਮਹਾਰਾਜ ਕਹਿੰਦੇ ਭਾਈ ਜੋ ਹਰ ਹਰ ਪਰਮੇਸ਼ਰ ਦੀ ਭਗਤੀ ਹੈ, ਪਰੇ ਭੰਡਾਰਾ, ਉਹ ਭਗਤੀ ਦੇ ਨਾਲ ਗੁਰੂ ਸਾਹਿਬ ਦੇ ਹਿਰਦੇ ਰੂਪੀ ਭੰਡਾਰੇ ਖਜ਼ਾਨੇ ਭਰੇ ਹੋਏ ਹਨ, ਹਰੀ ਦੇ ਘਰ ਵਿੱਚ ਵੀ ਭਗਤੀ ਦੇ ਭੰਡਾਰੇ ਪਏ ਨੇ, ਅਤੇ ਹਰੀ ਦਾ ਰੂਪ ਸਤਿਗੁਰਾਂ ਦੇ ਹਿਰਦੇ ਵਿੱਚ ਵੀ
ਉਹ ਭਗਤੀ ਦੇ ਖਜ਼ਾਨੇ ਭਰਪੂਰ ਹਨ, ਭਾਵ ਘਾਟਾ ਹੀ ਕੋਈ ਨਹੀਂ ਗੁਰੂ ਪਾਸ। ਗੁਰਮੁਖ ਰਾਮ ਕਰੇ ਨਿਸਤਾਰਾ, ਉਹ ਪਰਮੇਸ਼ਰ ਗੁਰਮੁਖ ਗੁਰਾਂ ਦੁਆਰਾ ਹੀ ਮੁਖੀ ਗੁਰੂ ਸਾਹਿਬ ਦੀ ਸ਼ਰਨ ਪਾ ਕੇ ਰਾਮ ਪਰਮੇਸ਼ਰ ਸੰਸਾਰ ਤੋਂ ਪਾਰ ਉਤਾਰਾ ਕਰਦਾ ਏ। ਜਿਸ ਨੌ ਕਿਰਪਾ ਕਰੇ ਮੇਰਾ ਸੁਆਮੀ, ਜਿਸ ਨੌ ਕਿਰਪਾ ਕਰੇ ਮੇਰਾ ਸੁਆਮੀ, ਕਿਰਪਾ ਪਾਠ ਹੈ ਵੀ ਹੇ ਮੇਰੇ ਪਿਆਰੇ ਜੀ, ਜਿਨ੍ਹਾਂ ਦੇ ਉੱਤੇ ਮੇਰਾ ਸਵਾਮੀ ਮਾਲਕ ਵਾਹਿਗੁਰੂ ਕਿਰਪਾ ਦਇਆ ਦ੍ਰਿਸ਼ਟੀ ਕਰੇ ਕਰਦਾ ਹੈ। ਸੋ ਹਰ ਕੇ ਗੁਣ ਗਾਵੇ ਜੀਓ, ਇਹ ਪਿਆਰੇ ਜੀ ਉਹ ਹਰ ਪਰਮੇਸ਼ਰ ਦੇ ਗੁਣਾਂ ਨੂੰ ਉਹੀ ਗਾਉਂਦਾ ਹੈ। ਹਰ ਹਰ ਕਿਰਪਾ ਕਰੇ ਬਨਵਾਲੀ, ਜਿਨ੍ਹਾਂ ਦੇ ਉੱਤੇ ਬਨਵਾਲੀ ਬਨ ਸੰਸਾਰ ਬਾਗ ਦਾ ਵਾਲੀ ਮਾਲਕ ਪਰਮੇਸ਼ਰ ਆਪ ਕਿਰਪਾ ਰਹਿਮਤ ਕਰਦਾ ਹੈ, ਦਇਆ ਦ੍ਰਿਸ਼ਟੀ ਕਰਦਾ ਹੈ। ਹਰ ਹਿਰਦੈ ਸਦਾ ਸਦਾ ਸਮਾਲੀ, ਉਹ ਹਰ ਪਰਮੇਸ਼ਰ ਨੂੰ ਹਿਰਦੇ ਵਿੱਚ ਹੀ ਜਾਣ ਕੇ ਵੀ ਮੇਰੇ ਅੰਦਰ ਹੈ ਮਾਲਕ, ਉਹਨੂੰ ਅੰਦਰ ਵੱਸਦਾ ਜਾਣ ਕੇ ਹਮੇਸ਼ਾ ਹੀ ਹਮੇਸ਼ਾ ਸਦਾ ਹੀ ਸਦਾ ਨਿਸ਼ਚੇ ਨਾਲ ਸੰਭਾਲੀ ਯਾਦ ਕਰਦਾ ਸਿਮਰਦਾ ਰਹਿੰਦਾ ਏ। ਹਰ ਹਰ ਨਾਮ ਜਪੋ ਮੇਰੇ ਜੀਅੜੇ, ਮਹਾਰਾਜ ਕਹਿੰਦੇ ਹੇ ਮੇਰੇ ਜੀਅੜੇ ਪਿਆਰੇ ਮਨਾ, ਹਰ ਹਰ ਨਾਮ ਜਪੋ, ਹਰ ਹਰ ਪਰਮੇਸ਼ਰ ਦਾ ਨਾਮ ਸਰਵਣ ਮੰਨਣ ਅਧਿਆਸਣ ਦੇ ਦੋਸ਼ਾਂ ਨੂੰ ਜੋ ਹਰ ਹਰੀ ਸਾਰੇ ਹਰੇ ਭਰੇ ਕਰਨ ਵਾਲਾ ਹੈ, ਅਤੇ ਉਹਦਾ ਨਾਮ ਸਰਵਣ ਕਰਕੇ ਮੰਨਣ ਕਰਕੇ ਨਿਧਿਆਸਣ ਕਮਾਈ ਕਰੋ, ਉਸ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ ਮਨਾ। ਜਪ ਹਰ ਹਰ ਨਾਮ ਛਡਾਵੇ ਜੀਓ, ਕਿਉਂਕਿ ਹੇ ਪਿਆਰੇ ਮਨਾ ਜੀਓ, ਹਰ ਹਰ ਪਰਮੇਸ਼ਰ ਦਾ ਨਾਮ ਜਪ ਜੇ ਤੂੰ ਜਪਿਆ ਹੋਵੇਗਾ, ਜੇ ਜਪੇਗਾ ਤਾਂ ਹਰੀ ਨਾਮ ਹੀ ਤੈਨੂੰ ਦੁੱਖਾਂ ਤੋਂ ਜਮਾਂ ਦੀ ਮਾਰ ਤੋਂ ਵਕਾਰਾਂ ਤੋਂ ਛੁਡਾ ਲੈਣਾ ਕਰੇਗਾ, ਕਿਉਂਕਿ ਨਾਮ ਹੀ ਛੁਡਾਉਂਦਾ ਹੈ ਸਭ ਨੂੰ। ਰਹਾਉ ਸੁਖ ਸਾਗਰ ਅੰਮ੍ਰਿਤ ਹਰ ਨਾਉ, ਸੁਖ ਸਾਗਰ ਸਾਰੇ ਹੀ ਸੁੱਖਾਂ ਦਾ ਜੋ ਸਾਗਰ ਸਮੁੰਦਰ ਹੈ ਉਹ ਕੌਣ ਹੈ? ਅੰਮ੍ਰਿਤ ਹਰ ਨਾਉ, ਹਰ ਪਰਮੇਸ਼ਰ ਦਾ ਅੰਮ੍ਰਿਤ ਨਾਮ ਸੁੱਖਾਂ ਦਾ ਸਮੁੰਦਰ ਹੈ। ਜਿਵੇਂ ਸਮੁੰਦਰ ਦਾ ਅੰਤ ਨਹੀਂ ਹੈ ਨਾਮ ਵਿੱਚ, ਇੱਦਾਂ ਹੀ ਸੁੱਖ ਇੰਨੇ ਨੇ, ਅੰਤ ਕੋਈ ਨਹੀਂ ਹੈ। ਮੰਗਤ ਜਨ ਜਾਚੈ ਹਰ ਦਿਉ ਪਸਾਓ, ਦੇ ਹੋ ਮੰਗਤ ਜਨ ਜਾਚੈ ਹਰ ਦੇ ਹੋ ਪਸਾਓ, ਅਤੇ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਨਾਮ ਹੀ ਸੁੱਖਾਂ ਦਾ ਸਮੁੰਦਰ ਹੈ, ਤਾਂ ਐਵੇਂ ਬੇਨਤੀ ਕਰੇ ਮਾਲਕ ਅੱਗੇ ਇਸੇ ਕਰਕੇ ਕਿ ਹੇ ਪਰਮੇਸ਼ਰ ਜੀ ਮੰਗਤ ਜਨ ਜਾਚੈ, ਅਸੀਂ ਮਹਾਰਾਜ ਜੋ ਮੰਗਤ ਮੰਗਤੇ ਜਾਚਕ ਜਨ ਇਹੋ ਹੀ ਦਾਤ ਆਪ ਜੀ ਦੇ ਦਰ ਤੋਂ ਮੰਗਦੇ ਹਾਂ, ਹਰ ਦੇਹੋ ਪਸਾਓ, ਪਸਾਓ ਨਾਮ ਹੈ ਦਾਤ ਦਾ, ਵੀ ਹਰ ਪਰਮੇਸ਼ਰ ਜੀ ਸਾਨੂੰ ਅੰਮ੍ਰਿਤ ਨਾਮ ਦੀ ਦਾਤ ਦੇਣਾ ਕਰੋ, ਜਾਂ ਪਸਾਓ ਨਾਮ ਸਾਧ ਸੰਗਤ ਪ੍ਰਸਾਦ ਦਾ ਕਿਰਪਾ ਦਾ ਵੀ ਹੁੰਦਾ ਵੀ ਕਿਰਪਾ ਕਰਕੇ ਹਰੀ ਜੀ ਆਪਣਾ ਨਾਮ ਦੇਣਾ ਕਰੋ। ਹਰ ਸਤ ਸਤ ਸਦਾ ਹਰ ਸਤ, ਹਰ ਸਤ ਸਤ, ਹੇ ਭਾਈ ਹਰ ਪਰਮੇਸ਼ਰ ਸਤਯੁਗ ਦੇ ਵਿੱਚ ਵੀ ਸਤ ਸਰੂਪ ਸੀ ਸਤ, ਅਤੇ ਹੁਣ ਤ੍ਰੇਤੇ ਦੇ ਵਿੱਚ ਵੀ ਮਹਾਰਾਜ ਕਹਿੰਦੇ ਵੀ ਉਹ ਹਰੀ ਪਰਮੇਸ਼ਰ ਤ੍ਰੇਤੇ ਵਿੱਚ ਵੀ ਸੱਚ ਸਰੂਪ ਸੀ ਸਦਾ ਹਰ ਸਤ, ਅਤੇ ਹਰੀ ਪਰਮੇਸ਼ਰ ਦੁਆਪਰ ਵਿੱਚ ਵੀ ਸੱਤ ਸਰੂਪ ਸੀ, ਹੁਣ ਕਲਯੁਗ ਵਿੱਚ ਵੀ ਵਾਹਿਗੁਰੂ ਹਮੇਸ਼ਾ ਹੀ ਤ੍ਰੈ ਕਾਲ ਆਬਾਦ ਸੱਚ ਸਰੂਪ ਹੈ। ਹਰ ਸਤ ਮੇਰਾ ਮਨ ਭਾਵੈ ਜੀਓ, ਐਸਾ ਜਿਹੜਾ ਹਰੀ ਪਰਮੇਸ਼ਰ ਸੱਤ ਸਰੂਪ ਹੈ ਹਰੀ,
ਹੇ ਪਿਆਰੇ ਜੀ, ਉਹੀ ਮੇਰੇ ਮਨ ਦੇ ਵਿੱਚ ਭਾਉਂਦਾ ਮੈਨੂੰ ਚੰਗਾ ਲੱਗਦਾ ਹੈ ਜੋ ਸਦੀਵ ਕਾਲ ਸਤ ਹੀ ਸਤ ਹੈ। ਨਵੇਂ ਸ਼ਿਦਰ ਸਰਵ ਹੈ ਅਪਵਿੱਤਰਾ, ਸਰਵ ਹੈ ਸੱਸੇ ਦੇ ਪੈਰ ਚੁਰਾਰਾ ਹੈ, ਸਰਵ ਹੈ ਅਪਵਿੱਤਰਾ। ਮਹਾਰਾਜ ਸਾਹਿਬ ਜੀ ਕਹਿੰਦੇ ਵੀ ਨਵੇਂ ਸ਼ਿਦਰ ਸਰਵ ਹੈ, ਜਿਹੜੇ ਨੌ ਸ਼ਿਦਰ ਕਿਹੜੇ ਨੇ? ਸ਼ਿਦਰ ਕਹਿੰਦੇ ਨੇ ਛੇਕ ਸੁਰਾਖ ਗੋਲਕਾਂ, ਜਿਵੇਂ ਸਾਡੇ ਨੱਕ ਕੰਨ ਮੂੰਹ, ਇਸ ਤਰ੍ਹਾਂ ਇਹ ਨੌ ਸ਼ਿਦਰ, ਨੌ ਛੇਕ ਨੇ, ਨੌ ਗੋਲਕਾਂ ਨੇ। ਇਹ ਮਹਾਰਾਜ ਸਾਹਿਬ ਕਹਿੰਦੇ ਇਹਨਾਂ ਨੌਵਾਂ ਗੋਲਕਾਂ ਦੇ ਵਿੱਚੋਂ ਨਾ ਵੱਖੋ ਵੱਖ ਤਰ੍ਹਾਂ ਦੀ ਜੋ ਅਪਵਿੱਤਰਤਾ ਹੈ, ਗੰਦਗੀ ਹੈ, ਸਰਵ ਹੈ, ਉਹ ਸਰਵ ਹੈ, ਸਰਵ ਹੈ, ਸਰਵ ਹੈ ਨਾਮ ਹੈ ਸਿਮਣ ਦਾ, ਵੀ ਉਹ ਸਿਮਦੀਆਂ ਹੀ ਰਹਿੰਦੀਆਂ ਹਨ। ਨੱਕ ਕੰਨ ਆਦਿਕ ਦੇ ਵਿੱਚੋਂ ਗੰਦਗੀ ਜਿੰਨੀ ਸਾਫ਼ ਕਰੀਏ ਵਗਦੀ ਹੋਈ ਰਹਿੰਦੀ ਹੈ। ਬੋਲ ਹਰ ਨਾਮ ਪਵਿੱਤਰ ਸਭ ਕਿਤਾ ਕੀਤਾ, ਬੋਲ ਹਰ ਨਾਮ ਪਵਿੱਤਰ ਸਭ ਕੀਤਾ, ਜਿੱਦਾਂ ਹੁੰਦਾ ਏ ਉਹੀ ਚਾਲ ਹੈ, ਬਸ ਸਿਹਾਰੀ ਹੈ ਨਾ, ਜਿਵੇਂ ਕਹਿ ਦਿੰਦੇ ਕੀਤਾ ਅਤੇ ਇੱਥੇ ਕਿੱਤਾ, ਉੱਦਾਂ ਹੀ ਆਵੇਗਾ, ਫਰਕ ਨਹੀਂ ਪਾਉਣਾ। ਬਸ ਇਹ ਗੱਲ ਆਪੇ ਹੀ ਸਮਝ ਲੈਣੀ ਵੀ ਉੱਦਾਂ ਕੀਤਾ ਕਹਿੰਦੇ ਵੀ ਆਹ ਕੰਮ ਕੀਤਾ, ਅਤੇ ਇੱਥੇ ਸਿਹਾਰੀ ਹੈ ਬਿਹਾਰੀ ਦੇ ਥਾਂ 'ਤੇ, ਅਤੇ ਉਹ ਹੋ ਗਿਆ ਪਵਿੱਤਰ ਸਭ ਕੀਤਾ। ਗੁਰਮੁਖ ਜਨਾਂ ਨੇ ਹਰ ਪਰਮੇਸ਼ਰ ਦਾ ਅੰਮ੍ਰਿਤ ਨਾਮ ਬੋਲ ਉਚਾਰ ਕੇ ਜਪ ਕੇ ਸਵਾਸ ਸਵਾਸ ਪਵਿੱਤਰ ਸਭ ਕੀਤਾ, ਇਹਨਾਂ ਸਾਰੀਆਂ ਗੋਲਕਾਂ ਨੂੰ ਪਵਿੱਤਰ ਕੀਤਾ ਕਰ ਲਿਆ ਏ। ਜੇ ਹਰ ਸੋ ਪ੍ਰਸੰਨ ਹੋਵੇ ਮੇਰਾ ਸੁਆਮੀ, ਜੇਕਰ ਮੇਰਾ ਸੁਆਮੀ ਮਾਲਕ ਹਰੀ ਸੋ ਪ੍ਰਸੰਨ ਹੁੰਦਾ, ਸੋ ਪ੍ਰਸੰਨ ਭਲੀ ਪ੍ਰਕਾਰ ਬਹੁਤਾ ਹੀ ਜ਼ਿਆਦਾ ਖੁਸ਼ ਹੋ ਜਾਵੇ। ਹਰ ਸਿਮਰਤ ਮਲ ਲਹਿ ਜਾਵੇ ਜੀਓ, ਹੇ ਪਿਆਰੇ ਜੀ, ਤਾਂ ਹਰ ਪਰਮੇਸ਼ਰ ਦਾ ਨਾਮ ਸਿਮਰੀ ਦਾ ਹੈ, ਅਤੇ ਨਾਮ ਸਿਮਰਦਿਆਂ ਹਿਰਦੇ ਦੇ ਵਿੱਚੋਂ, ਇੰਦਰੀਆਂ ਦੇ ਵਿੱਚੋਂ ਹਰ ਪ੍ਰਕਾਰ ਦੀ ਮੈਲ ਗੰਦਗੀ ਲਹਿ ਜਾਂਦੀ ਹੈ, ਦੂਰ ਹੋ ਜਾਂਦੀ ਹੈ। ਮਾਇਆ ਮੋਹ ਬਿਖਮ ਹੈ ਭਾਰੀ, ਜਿਹੜਾ ਮਾਇਆ ਦਾ ਮੋਹ ਹੈ ਨਾ, ਜਿਹੜੀ ਮਾਇਆ ਦੀ ਖਿੱਚ ਹੈ ਸਾਡੇ ਅੰਦਰ, ਬਿਖਮ ਹੈ ਭਾਰੀ, ਇਹਨੂੰ ਛੱਡਣਾ ਬਹੁਤ ਹੀ ਭਾਰੀ ਬਿਖਮ ਕਠਿਨ ਹੈ, ਬੜਾ ਔਖਾ ਹੈ ਮਾਇਆ ਦਾ ਮੋਹ ਤਿਆਗਣਾ। ਕਿਉਂ ਤਰੀਐ ਦੁੱਤਰ ਸੰਸਾਰੀ, ਪਰ ਜਿੰਨਾ ਚਿਰ ਮੋਹ ਨਹੀਂ ਛੱਡਦੇ ਕਿਉਂ ਤਰੀਐ, ਇਸ ਲਈ ਹੈ ਭਾਈ ਮਾਇਆ ਮੋਹ ਛੱਡੇ ਤੋਂ ਬਗੈਰ ਜੋ ਦੁੱਤਰ ਨਾਮ ਹੈ ਕਠਿਨ, ਨਾ ਤਰਿਆ ਜਾਣ ਵਾਲਾ ਦੁਸਤਰ ਜੋ ਸੰਸਾਰੀ ਸੰਸਾਰ ਸਮੁੰਦਰ ਹੈ, ਇਹਨੂੰ ਕਿਉਂ ਕਿਉਂ ਤਰੀਏ, ਕਿਵੇਂ ਕਰਕੇ ਤਰਨਾ ਕਰੋਗੇ, ਭਾਵ ਪਾਰ ਨਹੀਂ ਹੋਇਆ ਜਾਂਦਾ ਮੋਹ ਮਾਇਆ ਦੇ ਸਹਿਤ। ਸਤਿਗੁਰ ਬੋਹਿਥ ਦੇ ਪ੍ਰਭ ਸਾਚਾ, ਸਤਿਗੁਰ ਬੋਹਿਥ ਦੇ ਪ੍ਰਭ ਸਾਚਾ ਦੇ, ਜੇ ਕਰਕੇ ਸਤਿਗੁਰੂ ਸਾਹਿਬ ਜੀ ਜੋ ਪ੍ਰਭੂ ਪਰਮੇਸ਼ਰ ਦਾ ਸਾਚਾ ਸੱਚਾ ਨਾਮ ਰੂਪੀ ਬੋਹਿਥ ਜਹਾਜ਼ ਬਖਸ਼ ਦੇਣ ਨਾ, ਜੇ ਗੁਰੂ ਜੀ ਨਾਮ ਦੇ ਜਹਾਜ਼ 'ਤੇ ਚੜ੍ਹਾ ਦੇਣ ਪਰਮੇਸ਼ਰ ਦੇ, ਜਪ ਹਰ ਹਰ ਪਾਰ ਲੰਘਾਵੇ ਜੀ, ਫਿਰ ਜੀਵ ਹਰ ਹਰ ਪਰਮੇਸ਼ਰ ਦਾ ਨਾਮ ਜਪਦਾ ਹੈ, ਅਤੇ ਗੁਰੂ ਸਾਹਿਬ ਜੀ ਜੀਵ ਨੂੰ ਹਰ ਹਰ ਪਰਮੇਸ਼ਰ ਦਾ ਨਾਮ ਜਪ ਜਪਾ ਕੇ ਪਾਰ ਲੰਘਾਵੇ ਜੀ। ਉਹ ਇਹ ਪਿਆਰੇ ਜੀ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦੇ ਹਨ ਮਹਾਰਾਜ ਸਾਹਿਬ, ਭਾਵ ਮੁਕਤ ਕਰ ਦਿੰਦੇ ਨੇ। ਤੂੰ ਸਰਬੱਤਰ ਤੇਰਾ ਸਭ ਕੋਈ, ਤੂੰ ਸਰਬੱਤਰ ਤੇਰਾ ਸਭ ਕੋਈ, ਹੇ ਮਹਾਰਾਜ ਤੂੰ ਸਰਬੱਤਰ ਭਾਵ ਸਾਰਿਆਂ ਹੀ ਥਾਵਾਂ ਦੇ ਵਿੱਚ ਹੈ,
ਤੇ ਸਾਰਿਆਂ ਦਾ ਹੀ ਸੁਆਮੀ ਹੈ, ਤੇਰਾ ਸਭ ਕੋਈ ਅਤੇ ਹਰ ਕੋਈ ਮਹਾਰਾਜ ਜੀ ਉਹ ਤੇਰਾ ਹੀ ਰੂਪ ਹੈ, ਹਰ ਕੋਈ ਤੇਰਾ ਹੀ ਦਾਸ ਹੈ, ਹਰ ਕੋਈ ਤੇਰਾ ਹੀ ਪੈਦਾ ਕੀਤਾ ਹੈ। ਜੋ ਤੂੰ ਕਰਹਿ ਸੋਈ ਪ੍ਰਭ ਹੋਈ, ਇਹ ਪ੍ਰਭੂ ਮਹਾਰਾਜ ਜੋ ਤੂੰ ਕਰਦਾ ਹੈ ਨਾ ਸੋਈ ਪ੍ਰਭ ਹੋਈ, ਇਹ ਸਮਰੱਥ ਪ੍ਰਭੂ ਉਹੀ ਹੁੰਦਾ ਤਿੰਨੇ ਕਾਲ। ਬੰਦਾ ਜਿੰਨਾ ਮਰਜ਼ੀ ਆਪਣੀਆਂ ਸਾਧ ਸੰਗਤ ਸਲਾਹਾਂ ਕਰਦਾ ਫਿਰੇ, ਜੋ ਮਹਾਰਾਜ ਸਾਹਿਬ ਕਰਦਾ ਤਿੰਨੇ ਕਾਲ ਉਹੀ ਹੁੰਦਾ। ਤਿੰਨੇ ਕਾਲ ਦਾ ਭਾਵ ਹੁੰਦਾ ਵੀ ਪਿਛਲਾ ਸਮਾਂ ਜਿਹੜਾ ਲੰਘ ਗਿਆ ਹੈ ਉਸ ਸਮੇਂ 'ਚ ਵੀ ਉਹਦੇ ਹੁਕਮ 'ਚ ਹੀ ਹੁੰਦਾ ਸੀ, ਹੁਣ ਜੋ ਸਮਾਂ ਚੱਲ ਰਿਹਾ ਏ ਹੁਣ ਵੀ ਉਹਦੇ ਹੁਕਮ 'ਚ ਹੀ ਹੋ ਰਿਹਾ ਸਭ ਕੁਝ। ਆਉਣ ਵਾਲਾ ਜਿਹੜਾ ਸਮਾਂ ਹੈ ਜਿਹਨੂੰ ਭੂਤ ਅਤੇ ਵਰਤਮਾਨ ਅਤੇ ਭਵਿੱਖਤ ਇਹ ਕਹਿ ਦਿੰਦੇ ਨੇ ਨਾ ਤਿੰਨ ਸਮੇਂ, ਮਹਾਰਾਜ ਸਾਹਿਬ ਜੀ ਕਹਿੰਦੇ ਵੀ ਇਹ ਤਿੰਨਾਂ ਸਮਿਆਂ 'ਚ ਵਾਹਿਗੁਰੂ ਜੋ ਕਹਿੰਦਾ ਉਹੀ ਹੁੰਦਾ ਹੈ। ਜਨ ਨਾਨਕ ਗੁਣ ਗਾਵੇ ਬੇਚਾਰਾ, ਸਤਿਗੁਰੂ ਰਾਮਦਾਸ ਮਹਾਰਾਜ ਕਹਿੰਦੇ ਹੇ ਪਾਤਸ਼ਾਹ ਮੈਂ ਬੇਚਾਰਾ ਦੀਨ ਜਿਹਾ ਤੇਰਾ ਜਨ ਦਾਸ ਆਪ ਜੀ ਦੇ ਗੁਣਾਂ ਨੂੰ ਗਾਉਂਦਾ ਰਹਾ, ਇਹ ਕਿਰਪਾ ਕਰੋ। ਹਰ ਭਾਵੇ ਹਰ ਥਾਏ ਪਾਵੇ ਜੀਓ, ਇਹ ਹਰ ਪਰਮੇਸ਼ਰ ਜੇ ਆਪ ਜੀ ਨੂੰ ਭਾਵੇ ਭਾਉਂਦਾ ਹੈ ਨਾ, ਜਿਹਦੀ ਭਗਤੀ ਚੰਗੀ ਲੱਗਦੀ ਹੈ ਤਾਂ ਮਹਾਰਾਜ ਜਿਹੜਾ ਹਰੀ ਤੈਨੂੰ ਚੰਗਾ ਲੱਗੇ ਥਾਏ ਪਾਵੇ ਜੀ ਉਹਨੂੰ ਆਪਣੇ ਸਰੂਪ ਰੂਪੀ ਥਾਂ ਦੇ ਵਿੱਚ ਕਬੂਲ ਪਾ ਲੈਂਦਾ ਹੈ ਜੀ, ਭਾਵ ਕੇ ਪ੍ਰਵਾਨ ਕਰ ਲੈਂਦਾ ਹੈ। ਮਾਰੂ ਭਾਵ ਅਰਥ ਇਹ ਹੈ ਵੀ ਜਿਹੜਾ ਰੱਬ ਨੂੰ ਚੰਗਾ ਲੱਗੇ ਉਹਦੀ ਭਗਤੀ ਕਬੂਲ ਹੁੰਦੀ ਹੈ, ਅਤੇ ਰੱਬ ਨੂੰ ਚੰਗੇ ਉਹੀ ਲੱਗਦੇ ਨੇ ਜਿਹੜੇ ਨਿਰਛਲ ਹੋ ਕੇ ਨਿਸ਼ਕਪਟ ਹੋ ਕੇ ਭਗਤੀ ਕਰਦੇ ਹਨ। ਮਾਰੂ ਮਹੱਲਾ ਚੌਥਾ, ਹਰ ਹਰ ਨਾਮ ਜਪੋ ਮਨ ਮੇਰੇ। ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹੇ ਮੇਰਿਆ ਮਨਾ, ਹਰ ਹਰ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ। ਸਭ ਕਿਲ ਵਿਖ ਕਾਟੇ ਹਰ ਤੇਰੇ, ਕਾਟੇ ਦਲਾਵਾਂ ਨੇ ਫਿਰ ਪੜੋ। ਸਭ ਕਿਲ ਵਿਖ ਕਾਟੇ ਹਰ ਤੇਰੇ, ਤੇ ਜੋ ਹਰ ਪਰਮੇਸ਼ਰ ਦਾ ਨਾਮ ਹੈ ਤੇਰੇ ਸਾਰੇ ਹੀ ਕਿਲ ਵਿਖ ਵਿਸ਼ੇਸ਼ ਜ਼ਹਿਰ ਵਰਗੇ ਪਾਪ ਜਿਹੜੇ ਹਨ ਇਹ ਕੱਟ ਦੇਵੇਗਾ। ਹਰ ਤਨ ਰੱਖੋ ਹਰ ਧਨ ਸੰਚੋ, ਹਰ ਧਨ ਰੱਖੋ ਤਨ ਨੀ, ਹਰ ਧਨ ਰੱਖੋ ਹਰ ਧਨ ਸੰਚੋ, ਹੇ ਮਨਾ ਹਰ ਪਰਮੇਸ਼ਰ ਦੇ ਨਾਮ ਰੂਪੀ ਧਨ ਨਹੀਂ ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖੋ ਰੱਖਿਆ ਕਰ। ਹਰ ਧਨ ਸੰਚੋ ਅਤੇ ਹਰ ਪਰਮੇਸ਼ਰ ਦਾ ਜਿਹੜਾ ਨਾਮ ਸੰਗਤ ਵਿੱਚੋਂ ਸਰਵਣ ਕਰਨਾ ਹੈ, ਫਿਰ ਉਹਦਾ ਮੰਨਣਾ ਹੈ, ਫਿਰ ਉਹਦੀ ਨਿਧਿਆਸਨ ਕਮਾਈ ਕਰਨੀ ਹੈ, ਇਹ ਤਿੰਨੇ ਤਰੀਕਿਆਂ ਦੀ ਜਿਹੜੀ ਅਵਸਥਾ ਹੈ ਇਹ ਸੰਚਨ ਇਕੱਤਰ ਕਰਨਾ ਹੈ। ਇਹ ਹਰ ਪਰਮੇਸ਼ਰ ਦਾ ਨਾਮ ਹੀ ਸਰਵਣ ਮੰਨਣ ਅਧਿਆਸਨ ਕਰ ਰੂਪੀ ਇਕੱਤਰ ਕਰਕੇ ਰੱਖ। ਹਰ ਚਲਦਿਆਂ ਨਾਲ ਸਖਾਈ ਜੀਓ, ਕਿਉਂਕਿ ਪਰਲੋਕ ਵਿੱਚ ਚੱਲਦੇ ਸਮੇਂ ਹਰ ਪਰਮੇਸ਼ਰ ਦਾ ਨਾਮ ਹੀ ਤੇਰਾ ਸਖਾਈ ਸਖਾਵਤ ਮਿੱਤਰ ਬਣ ਕੇ ਸਹਾਇਤਾ ਕਰੇਗਾ ਜੀ। ਜਿਸ ਨਾਉ ਕਿਰਪਾ ਕਰੇ ਸੋ ਧਿਆਵੈ, ਜਿਸ ਨਾਉ ਕਿਰਪਾ ਕਰੇ ਜਿਹਦੇ ਉੱਤੇ ਵਾਹਿਗੁਰੂ ਆਪ ਹੀ ਮਿਹਰ ਕਰ ਦਿੰਦਾ ਹੈ ਸੋ ਧਿਆਵੈ, ਉਹੀ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ ਏ। ਨਿਤ ਹਰ ਜਪ ਜਾਪੈ, ਜਪ ਹਰ ਸੁਖ ਪਾਵੈ। ਫਿਰ ਉਹ ਕੀ ਕਰਦਾ ਵੀ ਨਿਤ ਹਰ ਜਪ ਜਾਪ ਹੈ, ਨਿਤਾ ਪ੍ਰਤੀ ਹਰੀ ਪਰਮੇਸ਼ਰ ਦੇ ਨਾਮ ਦੇ ਹੀ ਜਾਪ ਨੂੰ ਜਾਪੇ ਜਾਪਦਾ ਹੈ। ਜਪ ਹਰ ਸੁਖ ਪਾਵੇ ਅਤੇ ਹਰੀ ਦੇ ਨਾਮ ਨੂੰ ਜਪ ਕਰਕੇ
ਹਰ ਪ੍ਰਕਾਰ ਦੇ ਸੁੱਖਾਂ ਨੂੰ ਹਰੀ ਦੇ ਪਾਸੋਂ ਪਾਉਂਦਾ ਹੈ, ਭਾਵ ਆਨੰਦ ਹੀ ਆਨੰਦ ਹੈ ਜਿਹੜਾ ਨਾਮ ਜਪੇ ਉਹਨੂੰ। ਗੁਰ ਪ੍ਰਸਾਦੀ ਹਰ ਰਸ ਆਵੈ, ਜਿਹੜਾ ਹਰੀ ਦੇ ਨਾਮ ਦਾ ਰਸ ਹੈ ਨਾ, ਹਰੀ ਦੀ ਪ੍ਰਾਪਤੀ ਦਾ ਜਿਹੜਾ ਆਤਮਕ ਆਨੰਦ ਹੈ, ਇਹ ਗੁਰਾਂ ਦੀ ਕਿਰਪਾ ਕਰਕੇ ਹੀ ਮਹਾਰਾਜ ਸਾਹਿਬ ਕਹਿੰਦੇ ਪ੍ਰਾਪਤ ਹੁੰਦਾ ਏ। ਜਪ ਹਰ ਹਰ ਪਾਰ ਲੰਘਾਈ ਜੀਓ, ਜਪ ਹਰ ਹਰ ਪਾਰ ਲੰਘਾਈ ਜੀਓ, ਹੇ ਪਿਆਰੇ ਜੀ ਪਾਪਾਂ ਦਾ ਹਰ ਇੱਕ ਪਰਮੇਸ਼ਰ ਦੇ ਜਾਪ ਨੂੰ, ਨਾਮ ਨੂੰ ਜਪ, ਕਿਉਂਕਿ ਇਹ ਪਾਰ ਲੰਘਾਈ ਜੀਓ, ਨਾਮ ਹੀ ਜੀਵ ਨੂੰ ਪਾਰ ਲੰਘਾਉਂਦਾ ਹੈ ਜੀ। ਪਰਮੇਸ਼ਰ ਦਾ ਨਾਮ ਜਪ ਇਹੀ ਸੰਸਾਰ ਸਮੁੰਦਰ ਤੋਂ ਤਾਰੇਗਾ। ਰਹਾਉ ਨਿਰਭਉ ਨਿਰੰਕਾਰ ਸਤ ਨਾਮ, ਨਿਰਭਉ ਨਿਰੰਕਾਰ, ਨਿਰੰ ਰਾਰੇ ਦੇ ਟਿੱਪੀ ਥੋੜ੍ਹੀ, ਨਿਰੰਕਾਰ ਸਤਿਨਾਮ। ਪਰਮੇਸ਼ਰ ਜੋ ਹੈ ਵਾਹਿਗੁਰੂ, ਨਿਰਭਉ, ਨਿਰਭਉ ਡਰ ਤੋਂ ਰਹਿਤ ਹੈ, ਜੀਵਾਂ ਨੂੰ ਵੀ ਜੰਮਣ ਮਰਨ ਦੇ ਡਰ ਭਉ ਤੋਂ ਰਹਿਤ ਕਰਨ ਵਾਲਾ ਹੈ। ਨਿਰੰਕਾਰ ਅਤੇ ਮਾਇਆ ਵਾਲੇ ਜਿਹੜੇ ਆਕਾਰ ਨੇ ਨਾ, ਉਹਨਾਂ ਆਕਾਰਾਂ ਤੋਂ ਵੀ ਵਾਹਿਗੁਰੂ ਰਹਿਤ ਹੈ ਸਤਿਨਾਮ। ਅਤੇ ਉਹਦਾ ਸਰੂਪ ਲੱਖਣਾ ਵਾਲਾ ਜੋ ਸਤ ਨਾਮ, ਨਾਮ ਹੀ ਸਦਾ ਸੱਚਾ ਏ। ਜਗ ਮੈਂ ਸ੍ਰੇਸ਼ਟ ਉੱਤਮ ਕਾਮ, ਅਤੇ ਜਿਹੜਾ ਇਸ ਨਾਮ ਦਾ ਜਪਣਾ ਹੈ ਨਾ ਮਹਾਰਾਜ ਦੇ ਦਾ, ਨਿਰਭਉ ਨਿਰੰਕਾਰ ਸਤਿਨਾਮ ਜੋ ਜਪਣਾ ਹੈ ਅਤੇ ਹੋਰਾਂ ਨੂੰ ਜਪਾਉਣਾ ਹੈ, ਜਗ ਮੈਂ ਸ੍ਰੇਸ਼ਟ, ਇਹ ਜਗਤ ਦੇ ਵਿੱਚ ਸ੍ਰੇਸ਼ਟਤਾਈ ਦੇਣ ਵਾਲਾ ਹੈ। ਉੱਤਮ ਕੰਮ ਤੇ ਸਾਰਿਆਂ ਕੰਮਾਂ ਨਾਲੋਂ ਵੀ ਉੱਤਮ ਕੰਮ ਇਹੀ ਹੈ। ਦੁਸ਼ਮਣ ਜਿਹੜੇ ਕਈ ਇਹ ਕਹਿੰਦੇ ਹੁੰਦੇ ਨੇ, ਇੱਕ ਤਾਂ ਉਹ ਨੇ ਜਿਹੜੇ ਸਿਮਰਨ ਦਾ ਸਾਧ ਸੰਗਤ ਖੰਡਨ ਹੀ ਕਰਦੇ, ਕਹਿੰਦੇ ਵੀ ਨਹੀਂ ਫਾਇਦਾ। ਇੱਕ ਉਹ ਨੇ ਜਿਹੜੇ ਕਹਿੰਦੇ ਵੀ ਵਾਹਿਗੁਰੂ ਦੇ ਨਾਲ ਸਤਿਨਾਮ ਨਹੀਂ ਕਹਿਣਾ ਚਾਹੀਦਾ, ਇੱਕ ਇੱਦਾਂ ਦੇ ਵੀ ਨੇ। ਪਰ ਇੱਥੇ ਮਹਾਰਾਜ ਨੇ ਉਹ ਵੀ ਦੱਸ ਦਿੱਤਾ ਵੀ ਨਿਰਭਉ ਨਿਰੰਕਾਰ ਸਤਨਾਮ, ਜਗ ਮਹਿ ਸ੍ਰੇਸ਼ਟ ਉਤਮ ਕਾਮ। ਵੀ ਇਹ ਜੋ ਨਿਰਭਉ ਨਿਰੰਕਾਰ ਜਾਂ ਸਤਨਾਮ ਜਪਣਾ ਹੈ ਨਾ, ਇਹ ਜਗ ਵਿੱਚ ਸਭ ਤੋਂ ਸ੍ਰੇਸ਼ਟ ਹੈ, ਇਹ ਸਭ ਤੋਂ ਉੱਤਮ ਕੰਮ ਹੈ। ਇਹਦਾ ਭਾਵ ਵੀ ਜੋ ਗੁਰਬਾਣੀ ਕਹਿੰਦੀ ਹੈ ਨਾ, ਸਾਡੇ ਬਹੁਤੇ ਪ੍ਰਚਾਰਕ ਗੁਰਬਾਣੀ ਤੋਂ ਕਿਤੇ ਕੋਹਾਂ ਦੂਰ ਤੁਰੇ ਫਿਰਦੇ ਨੇ। ਮਹਾਰਾਜ ਤਾਂ ਕਹਿੰਦੇ ਵੀ ਜਪੋ ਭਾਈ, ਭਾਵੇਂ ਨਿਰਭਉ ਕਹਿ ਕੇ ਜਪੋ, ਭਾਵੇਂ ਨਿਰੰਕਾਰ ਕਹਿ ਕੇ ਜਪੋ, ਭਾਵੇਂ ਸਤਨਾਮ ਕਹਿ ਕੇ ਜਪੋ। ਦੁਸ਼ਮਣ ਦੂਤ ਜਮਕਾਲ ਠੇ ਮਾਰੋ, ਠੇਹ ਲਾਮ ਹੈ, ਫਿਰ ਪੜੋ। ਦੁਸ਼ਮਣ ਦੂਤ ਜਮਕਾਲ ਠੇ ਮਾਰੋ, ਦੁਸ਼ਮਣ ਦੂਤ ਜਮਕਾਲ ਠੇਹ ਮਾਰੋ, ਠੇ ਅਤੇ ਹਾਹਾ ਮੁਗਤਾ ਹ, ਠੇਹ ਮਾਰੋ। ਇਸ ਨਾਮ ਨੂੰ ਜਪ ਕੇ ਮਹਾਰਾਜ ਸਾਹਿਬ ਕਹਿੰਦੇ ਪ੍ਰਤੱਖ ਦੁਸ਼ਮਣਾਂ ਦਾ ਜਿਹੜਾ ਪ੍ਰਭਾਵ ਹੈ, ਜਾਂ ਜਿਹੜੇ ਇੰਦਰਿਆਂ ਰੂਪੀ ਕਾਮ ਕ੍ਰੋਧ ਰੂਪੀ ਦੁਸ਼ਮਣ ਹਨ, ਅਤੇ ਫਿਰ ਦੂਤ ਜਿਹੜੇ ਮੰਦੇ ਸੁਭਾਅ ਰੂਪੀ ਜਾਂ ਜਾਮੇ ਆਦਿਕ ਜਿਹੜੇ ਜਮਾਂ ਦੇ, ਜੋ ਵਾਰ ਵਾਰ ਜੰਮਣ ਮਰਨ ਕਰਨ ਵਾਲੇ ਜਿਹੜੇ ਜਮਾਂ ਦੇ ਦੂਤ ਨੇ, ਅਤੇ ਜਮਕਾਲ ਧਰਮ ਰਾਜੇ ਦਾ ਡਰ, ਜਾਂ ਦੁਸ਼ਮਣ ਕੀ ਨੇ ਇੰਦਰਿਆਂ ਦਾ ਗਲਤ ਪਾਸੇ ਜਾਣਾ, ਇਹ ਸਾਡੇ ਦੁਸ਼ਮਣ ਹਨ। ਅਤੇ ਦੂਤ ਕੌਣ ਹਨ? ਜਿਹੜਾ ਮੰਦਾ ਸੁਭਾਅ ਹੋਣਾ, ਹਰ ਵੇਲੇ ਮਾੜਾ ਬੋਲਣਾ, ਜਮਕਾਲ ਜਿਹੜਾ ਜੰਮਣ ਮਰਨ ਦੇ ਵਿੱਚ ਪਾਉਣ ਵਾਲਾ, ਦੁੱਖ ਦੇਣ ਵਾਲਾ ਹੈ। ਠੇਹ ਮਾਰੋ, ਠੇਹ ਹੁੰਦਾ ਵੀ ਥਾਈਂ ਮਾਰ ਲੈਂਦਾ ਹੈ ਪਰਮੇਸ਼ਰ ਦਾ ਨਾਮ। ਇੱਕ ਤਾਂ ਹੁੰਦਾ ਨਾ ਵੀ ਜਿਵੇਂ ਕੋਈ ਸਹਿਕਦਾ ਰਹੇ, ਕੋਈ ਹਸਪਤਾਲ ਜਾ ਕੇ ਮਰਦਾ, ਜਿਵੇਂ ਪੁਲਿਸ ਵਾਲੇ ਕਹਿੰਦੇ ਵੀ ਫਲਾਨਾ ਥਾਂ ਮਰ ਗਿਆ, ਜਾਂ ਫਲਾਨੇ ਨੇ ਰਾਹ 'ਚ ਦਮ ਤੋੜਿਆ, ਜਾਂ ਹਸਪਤਾਲ 'ਚ,
ਐਵੇਂ ਵਾਹਿਗੁਰੂ ਦੇ ਨਾਮ ਦੁਆਰਾ ਇਹਨਾਂ ਦੂਤਾਂ ਨੂੰ ਮੰਦੇ ਸੁਭਾਅ ਨੂੰ ਥਾਏ ਮਾਰ ਲਓ, ਭਾਵ ਨਾਮ ਜਪਦੇ ਹੀ ਖਤਮ ਹੋ ਜਾਂਦੇ ਹਨ। ਹਰ ਸੇਵਕ ਨੇੜ ਨਾ ਜਾਈ, ਹਰ ਪਰਮੇਸ਼ਰ ਦਾ ਜਿਹੜਾ ਨਾਮ ਜਪਦਾ ਹੈ ਹੇ ਪਿਆਰੇ ਜੀ, ਉਹ ਹਰੀ ਦੇ ਸੇਵਕ ਦੇ ਨਜ਼ਦੀਕ ਕਾਮ ਆਦਿਕ ਦੁਸ਼ਮਣ ਜਮ ਜਾਂਦੇ ਹੀ ਨਹੀਂ ਹਨ। ਫੇਰ ਜਿਸ ਉੱਪਰ ਹਰ ਕਾ ਮਨ ਮਾਨਿਆ, ਜਿਸ ਉੱਪਰ ਜਿਹਨਾਂ ਦਾਸਾਂ ਦੇ ਉੱਤੇ ਹਰ ਪਰਮੇਸ਼ਰ ਦਾ ਮਨ ਚਿੱਤ ਮੰਨ ਗਿਆ ਹੈ ਨਾ, ਮਨ ਜਾਂਦਾ ਪ੍ਰਸੰਨ ਹੋ ਗਿਆ ਇਹ ਸੇਵਾ ਭਾਵਨਾ ਵੇਖ ਕੇ। ਸੋ ਸੇਵਕ ਚੌ ਯੁਗ ਚੌ ਕੁੰਟ ਜਾਣਿਆ, ਚਾਹੋ ਨਹੀਂ ਕਹਿਣਾ, ਚਾਹੋ ਯੁਗ ਚਾਹੋ ਕੁੰਟ ਜਾਣਿਆ, ਟਿੱਪੀ ਤੋਂ ਰਹਿਤ ਹੈ ਨਾ। ਸੋ ਸੇਵਕ ਚਾਹੋ ਯੁਗ ਚਾਹੋ ਕੁੰਟ ਜਾਣਿਆ, ਉਹ ਸੇਵਕ ਦਾਸ ਜਿਹੜਾ ਹੈ ਜਿਹਦੇ 'ਤੇ ਰੱਬ ਦਾ ਮਨ ਮੰਨ ਗਿਆ, ਉਹ ਚਾਹੋ ਚਾਰੇ ਹੀ ਯੁੱਗਾਂ ਦੇ ਵਿੱਚ ਅਤੇ ਚਾਹੋ ਚਾਰੇ ਕੁੰਟਾਂ ਦਿਸ਼ਾਵਾਂ ਵਿੱਚ ਜਾਣਿਆ ਜਾਂਦਾ, ਭਾਵ ਪ੍ਰਸਿੱਧ ਹੋ ਜਾਂਦਾ ਹੈ, ਜਿਵੇਂ ਭਗਤ ਧਰੂ ਪ੍ਰਹਿਲਾਦ ਆਦਿਕ ਹੋਏ ਨੇ। ਜੇ ਉਸ ਕਾ ਬੁਰਾ ਕਹੇ ਕੋਈ ਪਾਪੀ, ਜੇ ਉਸ ਕਾ ਬੁਰਾ ਕਹੇ ਕੋਈ ਪਾਪੀ, ਜੇਕਰ ਕੋਈ ਪਾਪੀ ਹੁੰਦਾ ਵੀ ਮੰਦ ਕਰਮੀ ਪੁਰਖ, ਉਸ ਵਾਹਿਗੁਰੂ ਦੇ ਸੇਵਕ ਦਾ ਬੁਰਾ ਭੈੜਾ ਕਰਨ ਨੂੰ ਕਹੇ, ਆਖੇ ਨਾ ਵੀ ਮੈਂ ਇਹਦਾ ਬੁਰਾ ਕਰੂੰਗਾ, ਮੈਂ ਇਹਦਾ ਮੰਦਾ ਕਰੂੰਗਾ, ਜਿਵੇਂ ਹਰਨਾਕਸ਼ ਨੇ ਪ੍ਰਹਿਲਾਦ ਨੂੰ ਕਿਹਾ ਸੀ। ਤਿਸ ਜਮ ਕੰਕਰ ਖਾਈ ਜੀਓ, ਤਿਸ ਜਮ ਕੰਕਰ ਖਾਈ ਜੀਓ, ਹੇ ਪਿਆਰੇ ਜੀ, ਉਸ ਪੁਰਖ ਨੂੰ ਜਮ ਕੰਕਰ ਜਮਦੂਤ ਹੀ ਖਾਈ ਖਾ ਜਾਂਦੇ ਨੇ, ਭਾਵ ਕੇ ਨਾਸ ਹੀ ਕਰ ਦਿੰਦੇ ਨੇ ਜਮਦੂਤ ਉਹਨੂੰ। ਸਭ ਮੈਂ ਏਕ ਨਿਰੰਜਨ ਕਰਤਾ, ਸਭ ਮੈਂ ਏਕ ਨਿਰੰਜਨ ਕਰਤਾ, ਸਾਰਿਆਂ ਦੇ ਵਿੱਚ ਕੋਈ ਅਦਵੈਤ ਸਰੂਪ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਸ਼ੁੱਧ ਸਰੂਪ ਕਰਤਾ ਪੁਰਖ ਹੈ। ਸਭ ਕਰ ਕਰ ਵੇਖੈ ਆਪਣੇ ਚਲਤਾ, ਜੋ ਪਿਆਰਾ ਪਰਮੇਸ਼ਰ ਆਪ ਹੀ ਆਪਣੇ ਚਲਤਾ ਚਲਿੱਤਰ ਕੌਤਕ ਕਰ ਕਰਕੇ ਜਗਤ ਦੇ ਅੰਦਰ ਵੇਖਦਾ ਹੈ, ਖੇਡਾਂ ਕਰਦਾ ਹੈ। ਜਿਸ ਹਰ ਰੱਖੈ ਤਿਸ ਕੌਣ ਮਾਰੈ, ਹੇ ਭਾਈ, ਜਿਸ ਨੂੰ ਹਰ ਪਰਮੇਸ਼ਰ ਆਪ ਰਾਖੇ ਰੱਖਿਆ ਕਰਨਾ ਚਾਹੁੰਦਾ ਜਿਨ੍ਹਾਂ ਦੀ ਰੱਬ, ਤਿਸ ਕੌਣ ਮਾਰੇ, ਉਹਨਾਂ ਨੂੰ ਕੌਣ ਕਿਹੜਾ ਮਾਰ ਸਕਦਾ ਹੈ। ਵੇਖੋ ਜਦੋਂ ਭਗਤ ਪ੍ਰਹਿਲਾਦ ਨੂੰ ਤੱਤੇ ਥੰਮ ਦੇ ਨਾਲ ਜੱਫੀ ਪਵਾਉਣ ਲੱਗਾ ਹਰਨਾਕਸ਼, ਅਤੇ ਪਰਮੇਸ਼ਰ ਨੇ ਕੀੜੀ ਦਾ ਰੂਪ ਬਣ ਕੇ ਥੰਮ ਦੇ ਉੱਤੇ ਆ ਗਿਆ, ਜਦੋਂ ਵੇਖਿਆ ਵੀ ਕੀੜੀ ਜਿਹੜੀ ਹੈ ਉਹ ਨਹੀਂ ਜੇ ਸੜੀ ਤਾਂ ਮੈਨੂੰ ਥੰਮ ਕਿਵੇਂ ਸੜੂਗਾ, ਭਗਤ ਨੂੰ ਨਿਸ਼ਚਾ ਕਰਾ ਦਿੱਤਾ ਵੀ ਪਾਲਾ ਤੱਤਿਆਂ ਥੰਮਾਂ ਦੇ ਨਾਲ ਜੱਫੀਆਂ, ਇੱਦਾਂ ਧਾਰਨਾ ਪੜ੍ਹਦੇ ਹੁੰਦੇ ਸਿੱਖ ਵੀ ਆਪੇ ਤੈਨੂੰ ਰਾਮ ਰੱਖੂਗਾ, ਵੀ ਉਹ ਤੱਤੇ ਥੰਮ ਨਾਲ ਜੱਫਾ ਮਾਰਿਆ ਅਤੇ ਉਹਨੇ ਸਾੜਿਆ ਨਹੀਂ, ਕੀੜੀ ਨੂੰ ਨਹੀਂ ਸਾੜਿਆ, ਮੈਨੂੰ ਕਿਵੇਂ ਸਾੜੇਗਾ। ਇਵੇਂ ਰੱਬ ਜਿਹਨੂੰ ਰੱਖਿਆ ਚਾਹੁੰਦਾ ਹੈ ਨਾ, ਭਾਵ ਜਿਹਨੂੰ ਚਾਹੁੰਦਾ ਬਚਾਉਣਾ, ਉਹ ਇਹੋ ਜਿਹੀ ਖੇਡ ਵਰਤਾ ਕਰਕੇ ਅਤੇ ਰੱਖ ਲੈਂਦਾ, ਉਹਨੂੰ ਕੌਣ ਮਾਰ ਸਕਦਾ ਹੈ। ਜਿਸ ਕਰਤਾ ਆਪ ਛਡਾਈ ਜੀਓ, ਹੇ ਪਿਆਰੇ ਜੀਓ, ਜਿਹਨੂੰ ਕਰਤਾ ਰਚਣਹਾਰ ਪਰਮੇਸ਼ਰ ਆਪ ਛਡਾਉਂਦਾ ਹੈ, ਉਹਨੂੰ ਕੌਣ ਬੰਨ ਸਕਦਾ ਜਾਂ ਕੌਣ ਮਾਰ ਸਕਦਾ ਏ। ਆਨ ਦਿਨ ਨਾਮ ਲਈ ਕਰਤਾਰੇ, ਇਸੇ ਕਰਕੇ ਹੋ ਅਸੀਂ ਤਾਂ ਮਹਾਰਾਜ ਕਹਿੰਦੇ ਵੀ ਆਨ ਦਿਨ, ਅਨ ਦਿਨ ਤੋਂ ਭਾਵ ਰਾਤ ਦਿਨੇ ਨਾਮ ਲਈ ਕਰਤਾਰੇ, ਕਰਤਾਰ ਪਰਮੇਸ਼ਰ ਦਾ ਨਾਮ ਹੀ ਲੈਂਦੇ ਜਪਦੇ ਹਾਂ। ਜਿਨ ਸੇਵਕ ਭਗਤ ਸਭੇ ਨਿਸਤਾਰੇ, ਜਿਸ ਪਰਮੇਸ਼ਰ ਨੇ ਮਾਨ ਅਭਿਮਾਨ ਤੋਂ ਰਹਿਤ ਕਰਕੇ ਜਿਹੜੇ ਸੇਵਾ ਕਰਨ ਵਾਲੇ
ਦਾਸ ਨੇ ਭਗਤੀ ਕਰਨ ਵਾਲੇ ਮਹਾਰਾਜ ਦੇ ਭਗਤ ਜਨ ਹਨ, ਸਭੇ ਨਿਸਤਾਰੇ ਸਾਰੇ ਸੰਸਾਰ ਸਮੁੰਦਰ ਤੋਂ ਤਾਰ ਦਿੱਤੇ ਹਨ। ਦਸ ਅੱਠ ਚਾਰ ਵੇਦ ਸਭ ਪੁੱਛੋ, ਦਸ ਗਿਣਤੀ ਹੈ, ਅੱਠ ਵੀ ਗਿਣਤੀ ਹੈ, ਚਾਰ ਵੀ ਗਿਣਤੀ ਹੈ, ਦਸ ਅਤੇ ਅੱਠ ਅਠਾਰਾਂ। ਮਹਾਰਾਜ ਸਾਹਿਬ ਕਹਿੰਦੇ ਵੀ ਜੇ ਸੰਸਾ ਹੋਵੇ ਤਾਂ ਅਠਾਰਾਂ ਪੁਰਾਣਾਂ ਅਤੇ ਚਾਰ ਵੇਦ, ਚੌਵੇਂ ਵੇਦਾਂ ਯਾਦ ਕੇ ਨਾ ਸਾਰਿਆਂ ਧਰਮ ਗ੍ਰੰਥਾਂ ਨੂੰ ਪੁੱਛੋ, ਪੁੱਛ ਲੈਣਾ ਕਰੋ, ਭਾਵ ਪੜਤਾਲ ਕਰਕੇ ਵੇਖੋ, ਜਾਂ ਇਹਨਾਂ ਦੇ ਪੜ੍ਹਨ ਵਾਲੇ ਜਿਹੜੇ ਵਿਦਵਾਨ ਧਾਰਮਿਕ ਗ੍ਰੰਥਾਂ ਦੇ ਪੜ੍ਹਨ ਵਾਲੇ ਪਾਠੀ ਨੇ, ਉਹਨਾਂ ਗੁਰਮੁਖ ਸੱਜਣਾਂ ਤੋਂ ਵੀ ਪੁੱਛ ਲੈਣਾ ਕਰੋ। ਜਨ ਨਾਨਕ ਨਾਮ ਛਡਾਈ ਜੀਓ, ਮਹਾਰਾਜ ਕਹਿੰਦੇ ਪਿਆਰੇ ਜੀ, ਸਤਿਗੁਰੂ ਜੀ ਦਾਸਾ ਭਾਵ ਧਾਰਨ ਕਰਕੇ ਕਹਿੰਦੇ ਵੀ ਸਭ ਗ੍ਰੰਥ ਜਾਂ ਗ੍ਰੰਥਾਂ ਦੇ ਪੜ੍ਹਨ ਵਾਲੇ ਕੋਈ ਗੱਲ ਕਹਿਣਗੇ ਤਤ ਦੀ, ਵੀ ਪਰਮੇਸ਼ਰ ਦਾ ਨਾਮ ਹੀ ਨਾਮ ਛਡਾਈ ਜੀਓ, ਨਾਮ ਹੀ ਛਡਾਉਣ ਵਾਲਾ ਹੈ ਜੰਮਣ ਮਰਨ ਮੋਹ ਮਾਇਆ ਤੋਂ। ਮਾਰੂ ਮਹੱਲਾ ਪੰਜਵਾ, ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਸ਼ਬਦ ਮਾਰੂ ਰਾਗ ਦੇ ਵਿੱਚ ਦੋ ਚਾਰ ਪਦਿਆਂ ਵਾਲੇ ਆਰੰਭ ਹੁੰਦੇ ਨੇ, ਚੌਥੇ ਪਾਤਸ਼ਾਹ ਦੇ ਅੱਠ ਸ਼ਬਦਾਂ ਦੀ ਸਮਾਪਤੀ ਹੋਈ ਹੈ। ਮਾਰੂ ਮਹੱਲਾ ਪੰਜਵਾ, ਘਰ ਦੂਜਾ ਦੂਜੇ ਘਰ ਸੁਰਤਾਲ ਦੇ ਅੰਦਰ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਇੱਕੋ ਇੱਕ ਹੀ ਹੈ, ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਮੰਜੀ ਸਾਹਿਬ ਵਾਲਾ ਪਾਵਨ ਅਸਥਾਨ, ਉੱਥੇ ਦੀਵਾਨ ਸਜਿਆ ਹੋਇਆ ਸੀ, ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਜੋ ਸੱਚਾ ਪਾਤਸ਼ਾਹ ਅਕਾਲ ਪੁਰਖ ਹੈ, ਉਸ ਪਰਮੇਸ਼ਰ ਦੇ ਮਹਾਰਾਜ ਜੀ, ਉਹ ਦੁਨੀਆਂ ਦੇ ਅੰਦਰ ਨਿਰਭਉ ਕੌਣ ਹੈ ਅਤੇ ਭੈ ਦੇ ਸਹਿਤ ਕੌਣ ਹੈ, ਵਾਹਿਗੁਰੂ ਦੇ ਡਰ ਵਿੱਚ ਕੌਣ ਹੈ ਸੰਸਾਰ ਅੰਦਰ, ਤਾਂ ਮਹਾਰਾਜ ਸੁਣ ਕੇ ਬਖਸ਼ਿਸ਼ ਕਰਦੇ ਹਨ। ਡਰ ਪੈ ਧਰਤ ਆਕਾਸ਼ ਨਖਤਰਾ, ਨਖਿਅਤਰਾ, ਡਰ ਪੈ ਧਰਤ ਆਕਾਸ਼, ਨੰਨਾ ਹੈ ਖੱਖਾ ਏ, ਖੱਖੇ ਦੇ ਪੈਰ ਵਿੱਚ ਅੱਧਾ ਜਈਆ ਏ, ਤੱਤਾ ਏ ਅਤੇ ਰਾਰੇ ਨੂੰ ਕੰਨਾ ਹੈ, ਜਿਹੜਾ ਅੱਧਾ ਜਈਆ ਏ ਉੱਥੋਂ ਐੜਾ ਨਿਕਲੇਗਾ ਅਤੇ ਖੱਖੇ ਨੂੰ ਸਿਹਾਰੀ ਨਿਕਲੇਗੀ, ਇਹ ਗੁਰਮੁਖੀ ਦੀ ਮਰਿਆਦਾ ਹੈ। ਅਤੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਨਖਿਅਤਰਾ, ਇਹਦਾ ਉਚਾਰਨ ਇੱਦਾਂ ਕਰਨਾ, ਨੰਨਾ ਖੱਖੇ ਨੂੰ ਸਿਹਾਰੀ, ਐੜਾ ਤੱਤਾ ਰਾਰੇ ਨੂੰ ਕੰਨਾ, ਨਖਿਅਤਰਾ, ਤੱਤੇ ਨੂੰ ਕੰਨਾ ਦਿਖਦਾ ਹੈ ਪਰ ਬੋਲੇਗਾ ਰਾਰੇ ਨੂੰ, ਪੈਰ 'ਚ ਹੈ ਨਾ, ਨਖਿਅਤਰਾ। ਮਹਾਰਾਜ ਸਾਹਿਬ ਕਹਿੰਦੇ ਵੀ ਡਰਦਾ ਕੌਣ ਕੌਣ, ਵੇਖੋ ਕੌਣ ਹੁਕਮ 'ਚ ਹੈ, ਧਰਤ ਸਾਰੀ ਹੀ ਧਰਤੀ, ਆਕਾਸ਼ ਅਤੇ ਨਖਿਅਤਰਾ, ਨਖੱਤਰ ਕਹਿੰਦੇ ਨੇ ਤਾਰਿਆਂ ਨੂੰ, ਅਤੇ ਸਾਰੇ ਹੀ ਤਾਰੇ ਇਹ ਪਰਮੇਸ਼ਰ ਦੇ ਡਰ ਪੇ ਡਰਦੇ ਹਨ ਵਾਹਿਗੁਰੂ ਤੋਂ, ਵਾਹਿਗੁਰੂ ਦੇ ਹੁਕਮ ਵਿੱਚ ਹਨ। ਸਿਰ ਉੱਪਰ ਅਮਰ ਕਰਾਰਾ, ਇਹਨਾਂ ਸਾਰਿਆਂ ਦੇ ਸਿਰ ਦੇ ਉੱਪਰ ਉੱਤੇ ਵਾਹਿਗੁਰੂ ਦਾ ਇੱਕ ਕਰਾਰਾ, ਕਰੜਾ ਭਾਵ ਤਕੜਾ ਅਮਰ ਹੁਕਮ ਹੈ, ਸਖਤ ਹੁਕਮ ਹੈ ਮਾਲਕ ਦਾ, ਵੀ ਹੁਕਮ ਦੀ ਅਦੂਲੀ ਹੋ ਹੀ ਨਹੀਂ ਸਕਦੀ। ਆਉਣ ਪਾਣੀ ਬੈ ਸੰਤਰ ਡਰ ਪੈ, ਆਉਣ ਹਵਾ ਵੀ ਵਾਹਿਗੁਰੂ ਤੋਂ ਡਰਦੀ ਹੈ, ਪਾਣੀ ਜਲ ਵੀ ਪਰਮੇਸ਼ਰ ਦੇ ਭੈ ਵਿੱਚ ਹੀ ਵਹਿੰਦਾ ਹੈ, ਬੈ ਸੰਤਰ ਅਗਨੀ ਅੱਗ ਆਦਿਕ, ਜਾਂ ਅੱਗ ਆਦਿਕ ਪੰਜੇ ਤੱਤ ਵੀ ਵਾਹਿਗੁਰੂ ਦੇ ਭੈ ਦੇ ਵਿੱਚ ਹੀ ਹਨ, ਡਰ ਪੇ ਡਰਦੇ ਹਨ ਹਰ ਸਮੇਂ, ਉਹਦੇ ਹੁਕਮ ਵਿੱਚ ਚੱਲਦੇ ਨੇ। ਡਰ ਪੈ ਇੰਦਰ ਵਿਚਾਰਾ, ਅਤੇ ਵਿਚਾਰਾ ਨਿਮਾਣਾ ਜਿਹਾ ਜਿਹੜਾ ਇੰਦਰ ਹੈ, ਵਿਚਾਰਾ ਤਾਂ ਗਿਆ ਵੀ ਰੱਬ ਦੇ ਅੱਗੇ ਸਭ ਵਿਚਾਰੇ ਹੀ ਨਿਮਾਣੇ ਹੀ ਨੇ, ਡਰ ਪੈ ਇੰਦਰ ਵਿਚਾਰਾ,
ਪਰਮੇਸ਼ਰ ਦੇ ਭੈ ਕਰਕੇ ਹੁਕਮ ਅੱਗੇ ਇੰਦਰ ਵੀ ਡਰਦਾ ਹੈ ਨਮਾਣਾ ਜਿਹਾ। ਏਕਾ ਨਿਰਭਉ ਬਾਤ ਸੁਣੀ, ਏਕਾ ਨਿਰਭਉ, ਇੱਥੇ ਵਿਸਰਾਮ ਹੈ, ਬਾਤ ਸੁਣੀ। ਹੇ ਪਿਆਰੇ ਜੀ, ਇੱਕੋ ਹੀ ਨਿਰਭਉ ਡਰ ਤੋਂ ਰਹਿਤ ਹੋਣ ਦੀ ਜਿਹੜੀ ਬਾਤ ਹੈ ਨਾ, ਉਹ ਅਸੀਂ ਸਤਿਗੁਰੂ ਸਾਹਿਬ ਦੁਆਰਾ ਸਰਵਣ ਕੀਤੀ ਹੈ, ਜਾਂ ਇੱਕ ਪਰਮੇਸ਼ਰ ਹੀ ਨਿਰਭਉ ਹੈ, ਇਹ ਬਚਨ ਅਸੀਂ ਗੁਰਾਂ ਕੋਲ ਸੁਣਿਆ ਹੈ। ਸੋ ਸੁਖੀਆ ਸੋ ਸਦਾ ਸੁਹਿਲਾ, ਉਹ ਪੁਰਖ ਸੰਸਾਰ ਅੰਦਰ ਸਰੀਰ ਕਰਕੇ ਸੁਖੀਆ ਹੋ ਗਿਆ ਸਦਾ ਵਾਸਤੇ, ਸੋ ਸਦਾ ਸੁਹੇਲਾ ਦੇ ਮਨ ਕਰਕੇ ਵੀ ਹਮੇਸ਼ਾ ਸੁਖੀ ਹੈ, ਜਾਂ ਲੋਕ ਪਰਲੋਕ ਕਰਕੇ ਸੁਖੀ ਹੈ ਉਹ ਸਦਾ ਵਾਸਤੇ। ਜੋ ਗੁਰ ਮਿਲ ਗਾਏ ਗੁਣੀ, ਕੌਣ ਸੁਖੀ ਹੈ? ਜਿਹੜਾ ਪੂਰਨ ਗੁਰਾਂ ਨਾਲ ਮਿਲ ਕੇ ਪਰਮੇਸ਼ਰ ਦੇ ਗੁਣੀ ਗੁਣਾਂ ਨੂੰ ਗਾਉਣਾ ਕਰਦਾ ਹੈ ਉਹ ਸੁਖੀ ਹੈ ਭਾਈ, ਬਾਕੀ ਸਭ ਭੈ ਵਿੱਚ ਡਰ ਵਿੱਚ ਹਨ। ਦੇਹ ਧਾਰ ਅਰ ਦੇਵਾ ਡਰ ਪੈ, ਦੇਹ ਧਾਰ, ਦੇਹ ਧਾਰ 'ਚ ਫਰਕੇ ਪੈ ਗਿਆ ਵੀ ਹਾਹੇ ਨੂੰ ਵੀ ਲਾਂ, ਦੇਹ ਧਾਰ ਅਰ ਦੇਵਾ ਡਰ ਪੈ, ਲਗਾ ਮਾਤਰਾ ਦਾ ਧਿਆਨ ਰੱਖਣਾ। 84 ਲੱਖ ਜੂਨਾਂ ਦੇ ਵਿੱਚ ਦੇਹ ਧਾਰ ਜਿਹੜੇ ਸਰੀਰਾਂ ਨੂੰ ਧਾਰਨ ਵਾਲੇ ਜਿੰਨੇ ਵੀ ਜੀਵ ਹਨ, ਅਰ ਅਤੇ ਦੇਵਾ ਬ੍ਰਹਮਾ ਦੇ ਸੰਕਲਪ ਨਾਲ ਪੈਦਾ ਹੋਏ ਜਿਹੜੇ 33 ਕਰੋੜ ਦੇਵਤੇ ਹਨ, ਡਰ ਪੈ, ਇਹ ਵੀ ਸਾਰੇ ਡਰਦੇ ਨੇ, ਵਾਹਿਗੁਰੂ ਦੇ ਹੁਕਮ ਵਿੱਚ ਹਨ। ਸਿੱਧ ਸਾਧਕ ਡਰ ਮੋਇਆ, ਇਹ ਜਿਹੜੇ ਸਿੱਧੀਆਂ ਪ੍ਰਾਪਤ ਕਰਨ ਵਾਲੇ ਸਿੱਧ ਪੁਰਖ ਨੇ, ਸਾਧਿਕ ਜਿਹੜੇ ਸਾਧਨਾ ਕਰਨ ਵਾਲੇ ਨੇ, ਕਮਾਈਆਂ ਕਰ ਰਹੇ ਨੇ, ਡਰ ਮੋਇਆ, ਇਹ ਅਖੀ ਸਾਰੇ ਹੀ ਪੁਰਖ ਜਿਹੜੇ ਹਨ ਅਤਿਅੰਤ ਹੀ ਡਰ ਭੈ ਦੇ ਵਿੱਚ ਹੀ ਮੋਇਆ ਮਰ ਰਹੇ ਹਨ। ਲੱਖ ਚੁਰਾਸੀ ਮਰ ਜਨਮੈ, ਹਾਂ 184 ਹਾਹਾ 84 ਲੱਖ 84 ਮਰ ਮਰ ਜਨਮੇ ਵੇ, 84 ਲੱਖ ਜੂਨੀਆਂ ਦੇ ਵਿੱਚ ਜਿੰਨੇ ਵੀ ਜੀਵ ਹਨ ਉਹ ਮੌਤ ਦੇ ਮਾਰੇ ਮਰੇ ਹੋਏ ਅਤੇ ਮਰ ਮਰਦੇ ਅਤੇ ਜਨਮਦੇ ਰਹਿੰਦੇ ਹਨ, ਮਰ ਮਰ ਜਨਮੇ, ਮਰਦੇ ਨੇ ਫਿਰ ਜਿਉਂਦੇ ਹਨ ਫਿਰ ਮਰਦੇ ਹਨ, ਫਿਰ ਜੂਨੀ ਜੋਇਆ, ਇਹ ਮੁੜ ਮੁੜ ਕੇ ਵਾਸ਼ਨਾ ਦੇ ਬੱਧੇ ਜੀਵ ਜੂਨਾਂ ਵਿੱਚ ਹੀ ਜੋਇਆ ਜੋੜੇ ਪਾਏ ਜਾਂਦੇ ਹਨ। ਰਾਜਸ ਸਾਤਕ ਤਾਮਸ ਡਰਪ ਹੈ, ਰਾਜਸ ਸਾਤਕ ਤਾਮਸ ਡਰਪ ਹੈ, ਰਾਜਸ ਰਜੋ ਗੁਣੀ, ਸਾਤਕ ਸਤੋ ਗੁਣੀ, ਤਾਮਸ ਤਮੋ ਗੁਣੀ ਆਦਿਕ ਜਿੰਨੇ ਵੀ ਜੀਵ ਪੁਰਖ ਹਨ ਇਹ ਸਾਰੇ ਹੀ ਡਰਪੇ ਡਰਦੇ ਨੇ, ਵਾਹਿਗੁਰੂ ਦੇ ਹੁਕਮ ਦੇ ਵਿੱਚ ਹਨ। ਕਿਤੇ ਰੂਪ ਉਪਾਇਆ, ਜਿਨ੍ਹਾਂ ਰਾਜਸੀ ਤਾਮਸੀ ਸਾਦਗੀ ਗੁਣਾਂ ਨੇ ਕਿੰਨੇ ਹੀ ਜੀਵਾਂ ਨੂੰ ਕਿੰਨੇ ਹੀ ਰੂਪ ਆਕਾਰਾਂ ਨੂੰ ਪੈਦਾ ਕੀਤਾ ਹੈ, ਕਿਉਂਕਿ 3 ਗੁਣਾਂ ਕਰਕੇ ਸਭ ਕੁਝ ਪੈਦਾ ਹੋ ਰਿਹਾ ਹੈ। ਛਲ ਬਪਰੀ ਇਹ ਕੌਲਾ ਡਰਪੈ, ਛਲ ਬਪਰੀ ਇਹ ਕੌਲਾ ਡਰਪੈ, ਦੁਨੀਆਂ ਨੂੰ ਛਲ ਛਲਣ ਵਾਲੀ ਹੈ ਜੋ, ਅਤੇ ਬੱਪਰੀ ਜੋ ਮਹਾਂਪੁਰਖਾਂ ਦੇ ਸਾਹਮਣੇ ਵਿਚਾਰੀ ਹੈ ਭਾਵੇਂ ਦਾ ਜ਼ੋਰ ਨਹੀਂ ਚੱਲਦਾ, ਇਹ ਕੌਲਾ ਡਰਪੇ, ਇਹ ਕੌਲਾ ਲਕਸ਼ਮੀ ਮਾਇਆ ਵੀ ਵਾਹਿਗੁਰੂ ਦੇ ਪਰਮੇਸ਼ਰ ਦੇ ਭੈ ਵਿੱਚ ਹੋ ਕੇ ਭੈ ਭੀਤ ਹੋ ਕੇ ਡਰਪੇ ਡਰਦੀ ਰਹਿੰਦੀ ਹੈ, ਉਹ ਮਾਇਆ ਵਿਚਾਰੀ ਨਹੀਂ ਹੈ ਸਾਡੇ ਵਾਸਤੇ, ਸਾਡੀ ਦੇ ਧੋਣ 'ਤੇ ਗੋਡਾ ਰੱਖਦੀ ਆ, ਪਰ ਮਹਾਂਪੁਰਖਾਂ ਅੱਗੇ ਵਿਚਾਰੀ ਲਾਚਾਰ ਹੈ ਜਿਹੜੇ ਸਵਾ ਸਵਾ ਨਾਮ ਜਪਣ ਵਾਲੇ ਨੇ, ਤਾਂ ਇੱਥੇ ਬੱਪਰੀ ਕਿਹਾ ਹੈ ਵੀ ਜਿਹੜੀ ਇਹ ਛਲਣ ਵਾਲੀ ਦੁਨੀਆਂ ਨੂੰ ਅਤੇ ਬੱਪਰੀ ਵਿਚਾਰੀ ਜੀ
ਮਹਾਂਪੁਰਖਾਂ ਅੱਗੇ ਜਿਹਦਾ ਕੋਈ ਜ਼ੋਰ ਨਹੀਂ ਚੱਲਦਾ। ਇਹ ਮਾਇਆ ਲਕਸ਼ਮੀ ਵੀ ਡਰਦੀ ਆ ਰੱਬ ਤੋਂ ਹਰ ਸਮੇਂ। ਹੱਥ ਡਰ ਪੈ ਧਰਮ ਰਾਜਾ, ਧਰਮ ਰਾਜਾ, ਧਰਮ ਰਾਜਾ ਜਿਹੜਾ ਹੈ ਉਹਦੇ ਹੱਥ ਬਹੁਤਾ ਹੀ ਡਰ ਪੇ, ਡਰਦਾ ਰਹਿੰਦਾ ਵੀ ਕਿਤੇ ਮੇਥੋਂ ਕੋਈ ਭੁੱਲ ਨਾ ਹੋਵੇ, ਪਾਪੀ ਪੁਰਖਾਂ ਨਾਲ ਕੋਈ ਲਿਹਾਜ਼ ਨਾ ਹੋ ਜੇ, ਮਹਾਂਪੁਰਖਾਂ ਦੀ ਕਿਤੇ ਨਰਾਦਰੀ ਨਾ ਕਰ ਲਵਾਂ, ਨਹੀਂ ਤੇ ਮੈਂ ਵੱਧਾ ਛੁੱਟਾਂਗਾ, ਨਹੀਂ ਉਹ ਵੀ ਬਹੁਤਾ ਡਰਦਾ ਹੈ। ਸਗਲ ਸਮੱਗਰੀ ਡਰੈ ਬਿਆਪੀ, ਇਹਨੇ ਸਗਲ ਸਮੱਗਰੀ ਸਾਰੀ ਹੋਈ ਸਮੱਗਰੀ ਭਾਵ ਸਾਰੇ ਪਦਾਰਥਾਂ ਦਾ ਸਮੁਦਾਏ, ਸਾਰੀ ਸ੍ਰਿਸ਼ਟੀ ਡਰੈ ਬਿਆਪੀ, ਪਰਮੇਸ਼ਰ ਦੇ ਭੈ ਵਿੱਚ ਹੀ, ਡਰ ਵਿੱਚ ਹੀ ਬਿਆਪੀ ਲੱਗੀ ਹੋਈ ਹੈ ਜਾਂ ਬਿਆਪੀ ਦੱਬੀ ਹੋਈ ਹੈ ਸਾਰੀ ਦੁਨੀਆ ਹੁਕਮ ਅੰਦਰ। ਬਿਨ ਡਰ ਕਰਨੇ ਹਾਰਾ, ਇਸ ਸ੍ਰਿਸ਼ਟੀ ਨੂੰ ਕਰਨੇ ਹਾਰਾ, ਕਰਨ ਹਾਰ, ਸਿਰਜਣ ਰਚਣ ਹਾਰ ਪਰਮੇਸ਼ਰ ਹੀ ਹੈ ਜਿਹੜਾ ਬਿਨ ਡਰ, ਡਰ ਤੋਂ ਬਗੈਰ ਹੈ, ਬਾਕੀ ਸਾਰੀ ਸ੍ਰਿਸ਼ਟੀ ਉਹਦੇ ਭੈ ਵਿੱਚ ਹੈ। ਕਹੋ ਨਾਨਕ ਭਗਤਨ ਕਾ ਸੰਗੀ, ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਹਿੰਦੇ ਵੀ ਉਹ ਵਾਹਿਗੁਰੂ ਭਗਤਨ, ਭਗਤ ਜਨਾਂ ਦਾ ਸੰਗੀ ਸਾਥੀ ਸਹਾਇਕ ਹੈ। ਭਗਤ ਸੋਹੇ ਦਰਬਾਰਾ, ਸੋਹ ਹੈ, ਸੋਹ ਪਹਿਲਾਂ ਇੱਦਾਂ ਫਿਰ ਹੈ, ਭਗਤ ਸੋਹ ਹੈ ਦਰਬਾਰਾ, ਤੇ ਭਗਤ ਜਨ ਨਾਮ ਜਪਦੇ ਹੋਏ ਸਾਧ ਸੰਗਤ ਰੂਪੀ ਸੱਚਖੰਡ ਰੂਪੀ ਦਰਬਾਰ ਵਿੱਚ ਸੋਹ ਹੈ ਸ਼ੋਭਾ ਪਾਉਂਦੇ ਹਨ। ਮਾਰੂ ਮਹੱਲਾ ਪੰਜਵਾਂ, ਮਾਰੂ ਮਹੱਲਾ ਪੰਜਵਾਂ, ਇੱਥੇ ਸਾਧ ਸੰਗਤ ਬਿੰਦੀ ਨਹੀਂ ਲਾਉਣੀ, ਇਹ ਪੱਕਾ ਹੀ ਯਾਦ ਰੱਖੋ। ਪਾਂਚ ਬਰਖੋ ਨਾਥ ਧਰੂ ਬਾਰਕ, ਪਾਂਚ ਬਰਖ ਕੋ ਅਨਾਥ ਧਰੂ ਬਾਰਿਕ, ਮਹਾਰਾਜ ਸਾਹਿਬ ਜੀ ਕਹਿੰਦੇ ਵੀ ਬਾਰਕ ਤੇ ਬਾਰਿਕ 'ਚ ਇਹ ਫਰਕ ਹੈ, ਬਾਰਕ ਜੇ ਰਾਰੇ ਨੂੰ ਸਿਹਾਰੀ ਨਾ ਹੋਵੇ ਤੇ ਬਾਰਿਕ ਸਿਹਾਰੀ ਹੈ। ਪੰਜ ਬਰਖ ਬਰਖ ਸਾਲਾਂ ਕੋ ਦਾ ਅਨਾਥ ਧਰੂ ਬਾਰਿਕ, ਕਹਿੰਦੇ ਅਨਾਥ ਜਿਹਾਈ ਯਤੀਮਾ ਵਾਂਗ ਨਿਆਸਰਾ ਜਿਹਾ ਜਿਹੜਾ ਬਾਰਕ ਬਾਲਕ ਧਰੂ ਭਗਤ ਸੀ, ਭਾਵੇਂ ਕਿ ਮਾਂ ਵੀ ਉਹਦੀ ਹੈ ਸੀ ਭਗਤ ਸਾਹਿਬ ਦੀ ਅਤੇ ਪਿਓ ਵੀ ਸੀ, ਪਰ ਪਿਓ ਨੇ ਹੋਰ ਰੱਖਣ ਕਰਕੇ ਰਾਣੀ ਜਿਹੜੀ ਹੈ ਅਤੇ ਇਹਦੀ ਮਾਤਾ ਨੂੰ ਦਾਸੀ ਬਣਾ ਕੇ ਗੋਲੀ ਵਾਂਗ ਰੱਖਿਆ ਜਾਂਦਾ ਸੀ, ਜਿਸ ਕਰਕੇ ਮਹਾਰਾਜ ਨੇ ਯਤੀਮ ਅਨਾਥ ਸ਼ਬਦ ਭਗਤ ਧਰੂ ਵਾਸਤੇ ਵਰਤਿਆ ਹੈ ਵੀ ਪੰਜਾਂ ਸਾਲਾਂ ਦੀ ਉਮਰ ਹੈ ਤੇ ਧਰੂ ਬਾਰਕ ਨਿਆਣਾ ਬੱਚਾ ਯਤੀਮ ਸੀ ਜੋ ਹਰ ਸਿਮਰਤ ਅਮਰ ਅਟਾਰੇ, ਉਹ ਮਾਤਾ ਦੀ ਪ੍ਰੇਰਣਾ ਸਦਕਾ ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈ ਹੈ ਪਵਨ ਪੁਨੀਤਾ, ਉਹ ਸਿੱਖਿਆ ਦੁਆਰਾ ਨਾਮ ਜਪਿਆ ਦੇ ਹਰ ਪਰਮੇਸ਼ਰ ਦੇ ਨਾਮ ਨੂੰ ਸਿਮਰਤ ਸਿਮਰਨ ਕਰਕੇ ਅਮਰ ਕਹਿੰਦੇ ਮਰਨ ਤੋਂ ਰਹਿਤ ਹੋ ਗਏ, ਅਟਾਰੇ ਅਟਲ ਭਗਤ ਪਦਵੀ ਜਿਹੜੀ ਹੈ ਉਹ ਭਗਤ ਧਰੂ ਜੀ ਨੂੰ ਪ੍ਰਾਪਤ ਹੋ ਗਈ ਨਾਮ ਦਾ ਸਦਕਾ। ਪੁੱਤਰ ਹੇਤ ਨਾਰਾਇਣ ਕਹਿਓ, ਫਿਰ ਵੇਖੋ ਵੀ ਪੁੱਤਰ ਦਾ ਹੀ ਹਿੱਤ ਮੋਹ ਸੀ ਨਾ ਆਜਾ ਮਲ ਨੂੰ, ਉਹਦਾ ਹੀ ਨਾਮ ਸੰਤਾਂ ਨੇ ਨਾਰਾਇਣ ਰਖਾਇਆ ਸੀ ਨਾ ਵੀ ਉਹਦਾ ਨਾਮ ਨਾਰਾਇਣ ਰੱਖ ਲੈ, ਤੇ ਨਾਰਾਇਣ ਨਾਰਾਇਣ ਕਰਦਾ ਰਹਿੰਦਾ ਸੀ, ਪੁੱਤਰ ਨੂੰ ਆਵਾਜ਼ਾਂ ਮਾਰਦਿਆਂ ਮਾਰਦਿਆਂ ਹੀ ਨਾਮ ਜਪਣ ਲੱਗ ਪਿਆ, ਪੁੱਤਰ ਹੇਤ ਨਾਰਾਇਣ ਕਹਿਓ। ਵੇਖੋ ਨਾਮ ਦੀ ਮਹਾਨਤਾ ਵੀ ਪੁੱਤਰ ਦੇ ਹੇਤ ਹਿੱਤ ਕਾਰਨ ਪੁੱਤਰ ਨੂੰ ਆਵਾਜ਼ ਮਾਰਨ ਵਾਸਤੇ ਅਜਾਮਲ ਪਾਪੀ ਨੇ ਜਮਾਂ ਤੋਂ ਡਰਦਿਆਂ ਹੋਇਆ ਨਾਰਾਇਣ ਪਰਮੇਸ਼ਰ ਦਾ ਨਾਮ ਕਥਨ ਕੀਤਾ ਉਚਾਰਨ ਕੀਤਾ, ਜਦੋਂ ਜਮ ਕੰਕਰ ਮਾਰ ਬੇਦਾਰੇ, ਉਸ ਵੇਲੇ ਵਾਹਿਗੁਰੂ ਨੇ ਵਾਹਿਗੁਰੂ ਦੇ ਨਾਮ ਨੇ ਜਿਹੜੇ ਜਮ ਕੰਕਰ ਜਮ ਧਰਮ ਰਾਜੇ ਦੇ ਦਾਸ ਜਿਹੜੇ ਸਨ ਜਮਾਂ ਦੇ ਜਿਹੜੇ ਸੇਵਕ
ਅਜਰਾਈਲ, ਮੇਕਾਈਲ, ਨੇਕਾਈਲ ਆਦਿਕ ਇਹਨਾਂ ਦੂਤਾਂ ਨੂੰ ਮਾਰ ਕੇ ਬਦਾਰੇ ਖੰਡਾ ਦਿੱਤਾ, ਦੂਰ ਕਰ ਦਿੱਤਾ ਸੀ, ਭਾਵ ਨੱਸ ਗਏ ਸਨ। ਮੇਰੇ ਠਾਕੁਰ ਕੇਤੇ ਅਗਣਿਤ ਉਧਾਰੇ, ਮੇਰੇ ਠਾਕੁਰ ਹੇ ਮੇਰੇ ਸਵਾਮੀ ਪਰਮੇਸ਼ਰ ਕੇਤੇ ਮਹਾਰਾਜ ਕਿਤਨੇ ਅਗਣਿਤ ਉਧਾਰੇ, ਅਣ ਗਿਣਤੀ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ ਹੈ, ਨਾਮ ਦੀ ਸਿਮਰਨ ਦੀ ਓਟ ਲੈਣ ਵਾਲੇ ਪੁਰਖ ਤੁਸੀਂ ਉਧਾਰ ਦਿੱਤੇ ਹਨ। ਮੋਹੇ ਦੀਨ ਅਲਪ ਮਤ ਨਿਰਗੁਣ, ਮੋਹੇ ਮੈਂ ਵੀ ਮਹਾਰਾਜ ਦੀਨ ਗਰੀਬ ਹਾਂ, ਅਲਪ ਮਤ, ਅਲਪ ਹੁੰਦਾ ਥੋੜ੍ਹੀ ਮਤ ਵਾਲਾ ਹਾਂ, ਭਾਵ ਆਤਮ ਵਿਸ਼ੈਣੀ ਮਤ ਨਹੀਂ ਹੈ ਮੇਰੀ, ਅਤੇ ਨਿਰਗੁਣ ਸਤ ਸੰਤੋਖ ਦਇਆ ਧਰਮ ਆਦਿਕ ਸ਼ੁਭ ਗੁਣਾਂ ਤੋਂ ਰਹਿਤ ਹਾਂ। ਪਰਿਓ ਸਰਣ ਦੁਆਰੇ, ਪਰਿਓ ਸਰਣ ਦੁਆਰੇ, ਹੇ ਮਹਾਰਾਜ ਮੈਂ ਤੇਰੀ ਸਾਧ ਸੰਗਤ ਰੂਪੀ ਤੇਰੇ ਪ੍ਰਤੱਖ ਦੁਆਰੇ ਦੀ ਤੇਰੀ ਸ਼ਰਨ ਓਡ ਵਿੱਚ ਪਿਆ ਹਾਂ, ਕਿਰਪਾ ਕਰਕੇ ਮੇਰੀ ਰੱਖਿਆ ਕਰੋ, ਰਹਾਓ, ਇਸਲਾਮ ਦੇ ਕੇ ਮਹਾਰਾਜ ਬਖਸ਼ਿਸ਼ ਕਰਦੇ ਹਨ। ਬਾਲਮੀਕ ਸੁਪਚਾਰੋ ਤਰਿਓ, ਬਾਲਮੀਕ ਸੁਪਚਾਰੋ ਤਰਿਓ, ਬਾਲਮੀਕ ਸੁਪਚਾਰੋ ਤੋਂ ਭਾਵ ਚੰਡਾਲ, ਚੰਡਾਲ ਬਾਲਮੀਕ ਵੀ ਨਾਮ ਨੂੰ ਜਪ ਕੇ ਸੰਸਾਰ ਸਮੁੰਦਰ ਤੋਂ ਤਰ ਗਿਆ ਸੀ, ਜਾਂ ਬਾਲਮੀਕ ਜਿਹੜਾ ਚੰਡਾਲ ਲੋਕਾਂ ਨੂੰ ਲੁੱਟ ਕੇ ਖਾਣ ਵਾਲਾ, ਉਹਨੂੰ ਵੀ ਮਹਾਰਾਜ ਸਾਹਿਬ ਜੀ ਕਹਿੰਦੇ ਨਾਮ ਜਪਣੇ ਕਰਕੇ ਉਹਦਾ ਭਲਾ ਹੋਇਆ, ਜਿਵੇਂ ਪਹਿਲਾਂ ਵੀ ਜ਼ਿਕਰ ਆਇਆ ਸੀ, ਹੁਣ ਦੁਬਾਰਾ ਵੀ ਬਾਲਮੀਕ ਦੋ ਹੋਏ ਨੇ, ਇੱਕ ਬਾਲਮੀਕ ਜਿਨ੍ਹਾਂ ਨੇ ਰਾਮ ਚੰਦਰ ਤੋਂ ਤ੍ਰੇਤੇ ਯੁੱਗ ਦੇ ਵਿੱਚ ਹੋਏ ਅਤੇ 10,000 ਸਾਲ ਪਹਿਲਾਂ ਹੀ ਰਮਾਇਣ ਕਹਿੰਦੇ ਲਿਖ ਦਿੱਤੀ ਸੀ, ਉਹਨਾਂ ਨੂੰ ਭਗਵਾਨ ਬਾਲਮੀਕ ਕਹਿ ਕੇ ਉਹਨਾਂ ਦੇ ਅਨੁਆਈ ਮੰਨਦੇ ਨੇ, ਅਤੇ ਇੱਕ ਬਾਲਮੀਕ ਕ੍ਰਿਸ਼ਨ ਜੀ ਦੇ ਵੇਲੇ ਹੋਇਆ ਹੈ, ਇਹਨੂੰ ਚੰਡਾਲ ਬਾਲਮੀਕ ਨੂੰ ਹੀ ਬੁਲਾ ਕਰਕੇ ਅਤੇ ਪਾਂਡਵਾਂ ਨੇ ਆਪਣਾ ਜੱਗ ਸੰਪੂਰਨ ਕੀਤਾ ਸੀ, ਜਦੋਂ ਇਹਨੂੰ ਬੁਲਾਇਆ ਖੱਟੇ ਮਿੱਠੇ ਸਾਰੇ ਹੀ ਭੋਜਨ ਇਹਨੇ ਇੱਕੇ ਥਾਂ ਇਕੱਠੇ ਕਰ ਲਏ, ਅਤੇ ਦਰੋਪਤਾ ਨੇ ਸ਼ੰਕਾ ਕੀਤਾ, ਉਹਦਾ ਸ਼ੰਕਾ ਨਿਵਿਰਤ ਕਰਨ ਲਈ ਕ੍ਰਿਸ਼ਨ ਜੀ ਨੇ ਪੁੱਛਿਆ ਵੀ ਕਾਰਨ ਕੀ ਹੈ ਰਿਖੀ ਜੀ ਇਹਦਾ, ਤਾਂ ਉਹਨਾਂ ਆਖਿਆ ਵੀ ਮੈਂ ਪਹਿਲਾਂ ਖੱਟਾ ਖਾਣ ਲੱਗਾ ਸਾਂ, ਮੈਂ ਸੋਚਿਆ ਵੀ ਜੇ ਮੈਂ ਖੱਟਾ ਖਾਇਆ ਤਾਂ ਭਗਵਾਨ ਨੂੰ ਕਿਤੇ ਮਿੱਠੇ ਨੂੰ ਭੋਗ ਲਾਉਣ ਦੀ ਇੱਛਾ ਨਾ ਹੋਵੇ, ਜੇ ਮੈਂ ਮਿੱਠਾ ਖਾਧਾ ਤਾਂ ਉਹਨੂੰ ਕਿਤੇ ਲੂਣ ਵਾਲੇ ਪਦਾਰਥ ਨੂੰ ਭੋਗ ਲਾਉਣ ਦੀ ਇੱਛਾ ਨਾ ਹੋਵੇ, ਸਾਰੇ ਹੀ ਇਕੱਤਰ ਕਰ ਲਏ ਵੀ ਜਿਹੜਾ ਭਗਵਾਨ ਨੂੰ ਚੰਗਾ ਲੱਗੇਗਾ ਉਹਨੂੰ ਹੀ ਭੋਗ ਲੱਗ ਜਾਵੇਗਾ। ਸੋ ਇਸ ਤਰ੍ਹਾਂ ਉਹ ਚੰਡਾਲ ਸੀ, ਪਹਿਲਾਂ ਮਹਾਂਪੁਰਖਾਂ ਦੀ ਸੰਗਤ ਕਰਕੇ ਮਰਾ ਮਰਾ ਦਾ ਉਪਦੇਸ਼ ਦਿੱਤਾ ਸੀ, ਸਿੱਧਾ ਰਾਮ ਰਾਮ ਨਹੀਂ ਕਿਹਾ, ਕਹਿੰਦੇ ਵੀ ਤੂੰ ਮਰਾ ਮਰਾ ਕਰੀ ਜਾ, ਜਿੱਦਣ ਤੇਰੇ ਮੁੱਖ ਤੋਂ ਤੇਰੀ ਸੁਰਤੀ 'ਚ ਰਾਮ ਰਾਮ ਹੋ ਗਿਆ ਉਦਣ ਤੇਰਾ ਭਲਾ ਹੋਵੇਗਾ। ਇਵੇਂ ਬਾਲਮੀਕ ਸੁਪਚਾਰੋ ਤਰਿਓ, ਬਾਲਮੀਕ ਜਿਹੜਾ ਚੰਡਾਲ ਸੀ ਉਹ ਵੀ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਤਰ ਗਿਆ ਸੀ। ਬਦਕ ਤਰੇ ਬੇਚਾਰੇ, ਬਦਕ ਤਰੇ ਬੇਚਾਰੇ, ਅਤੇ ਬਦਕ ਜਿਹਨੇ ਸਾਧ ਸੰਗਤ ਕ੍ਰਿਸ਼ਨ ਜੀ ਦੇ ਚਰਨਾਂ ਦੇ ਵਿੱਚ ਪਦਮ ਜਿਹੜਾ ਚਮਕਦਾ ਹੋਇਆ ਜਾਣ ਕੇ ਵੀ ਕੋਈ ਇਹ ਕੋਈ ਸ਼ਿਕਾਰ ਹੀ ਹੈ ਮੇਰਾ, ਅਤੇ ਉਹਨੇ ਕੀ ਕੀਤਾ ਵੀ ਇੱਕ ਤੀਰ ਮਾਰਤਾ, ਜਦ ਆ ਕੇ ਵੇਖਿਆ ਤਾਂ ਵੀ ਕ੍ਰਿਸ਼ਨ ਜੀ ਦੇ ਵਜਾ ਹੈ, ਅਤੇ ਉਹ ਵੀ ਤਰ ਗਿਆ। ਵੇਖੋ ਹੈ ਤਾਂ ਉਹਦੇ ਕੋਲ ਪਾਪ ਹੀ ਹੋਇਆ ਸੀ ਨਾ, ਪਰ ਉਹ ਵੀ ਕ੍ਰਿਸ਼ਨ ਜੀ ਨੇ ਕਿਰਪਾ ਕਰਕੇ ਅਤੇ ਉਹ ਬਦਕ ਸ਼ਿਕਾਰੀ ਨੂੰ ਵੀ ਤਾਰ ਦਿੱਤਾ। ਬਦਕ ਤਰੇ ਬੇਚਾਰੇ, ਉਹ ਵਿਚਾਰੇ ਜੇ ਕ੍ਰਿਸ਼ਨ ਭਗਵਾਨ ਦੇ ਤੀਰ ਮਾਰਨ ਵਾਲਾ ਇੱਕ ਬਦਕ ਸੀ ਅਤੇ ਦੂਸਰਾ ਚਤੁਰਭੁਜੀ ਜਾਨਵਰ ਨੂੰ ਫੜਨ ਵਾਲਾ ਲੋਧੀ ਨਾਮ ਦਾ ਸ਼ਿਕਾਰੀ ਸੀ।
ਇਹ ਦੋਵੇਂ ਹੀ ਬਦਕ ਸ਼ਿਕਾਰੀ ਤਰ ਗਏ ਸਨ ਨਾਮ ਕਰਕੇ। ਇੱਕ ਨਿਮਕ ਮਨ ਮਾਹੇ ਅਰਾਧੇ ਓ, ਇੱਕ ਨਿਮਕ ਮਨ ਮਾਹੇ ਅਰਾਧੇ ਓ, ਜਦੋਂ ਇੱਕ ਨਿਮਕ ਮਾਤਰ ਵੀ ਮਨ ਹਿਰਦੇ ਵਿੱਚ ਪਰਮੇਸ਼ਰ ਨੂੰ ਅਰਾਧਨਾ ਤੇ ਆਉਣਾ ਕੀਤਾ, ਜਿਨ੍ਹਾਂ ਨੇ ਵੀ ਗਜਪਤ ਪਾਰ ਉਤਾਰੇ। ਵੇਖੋ ਗਜਪਤ ਹਾਥੀ ਹੀ ਹੈ ਨਾ, ਨਾਮ ਜਪਣ ਦੀ ਸਿੱਖਿਆ ਮਨੁੱਖ ਨੂੰ ਹੈ, ਪਰ ਹਾਥੀ ਪਸ਼ੂ ਹੀ ਹੈ ਨਾ। ਜਦੋਂ ਗਜਪਤ ਐਰਾਵਤ ਹਾਥੀ ਜਿਹੜਾ ਹੈ ਉਹਨੇ ਵੀ ਇੱਕ ਛਿਣ ਮਾਤਰ ਹੀ ਧਿਆਉਣਾ ਕੀਤਾ, ਪਾਰ ਉਤਾਰੇ, ਉਹਨੂੰ ਵੀ ਪਾਰ ਲੰਘਾ ਦਿੱਤਾ, ਬਚਾ ਲਿਆ ਸੀ ਡੁੱਬਣੋਂ। ਕਿੰਨੀ ਰੱਖਿਆ ਭਗਤ ਪ੍ਰਹਿਲਾਦਾ, ਪ੍ਰਹਿਲਾਦਾ ਫਿਰ ਪੜੋ, ਕਿੰਨੀ ਰੱਖਿਆ ਭਗਤ ਪ੍ਰਹਿਲਾਦੇ, ਕਿੰਨੀ ਰੱਖਿਆ ਭਗਤ ਪ੍ਰਹਿਲਾਦਾ। ਭਗਤ ਪ੍ਰਹਿਲਾਦ ਦੀ ਜੋ ਅੰਤਰਜਾਮੀ ਪਰਮੇਸ਼ਰ ਨੇ ਭਜਨ ਸਿਮਰਨ ਕਰਨੇ ਕਰਕੇ ਜੋ ਪਵਿੱਤਰ ਵਾਹਿਗੁਰੂ, ਕਿੰਨੀ ਰੱਖਿਆ ਭਗਤ ਪ੍ਰਹਿਲਾਦ ਹੈ, ਭਗਤ ਪ੍ਰਹਿਲਾਦ ਦੀ ਵਾਹਿਗੁਰੂ ਨੇ ਰੱਖਿਆ ਕੀਤੀ ਸੀ। ਹਰ ਨਾਕਸ਼ ਨਖੇ ਬੇਦਾਰੇ, ਖੱਖਾ ਹੈ ਹਰ ਨਾਖਸ, ਹਾਂਜੀ ਹਰ ਨਾਖਸ਼ ਨਖੇ ਬੇਦਾਰੇ, ਹਰ ਨਾਖਸ ਨਖ ਹੈ ਬੇਦਾਰੇ, ਤੇ ਹਰ ਨਾਖਸ਼ ਜਿਹੜਾ ਮਾਰਨ ਲੱਗਾ ਸੀ ਭਗਤ ਪ੍ਰਹਿਲਾਦ ਨੂੰ, ਨਰਸਿੰਘ ਰੂਪ ਧਾਰ ਕੇ ਨਖੇ ਨੋਹਾਂ ਦੇ ਨਾਲ ਹੀ ਪਾੜ ਕੇ ਬਦਾਰੇ ਨਾਸ ਕਰ ਦਿੱਤਾ ਸੀ। ਇਹਨੇ ਵਰ ਲਿਆ ਸੀ ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਦਿਨੇ ਮਰਾਂ ਨਾ ਰਾਤ ਮਰਾਂ, ਨਾ ਧਰਤੀ ਦੇ ਮਰਾਂ ਨਾ ਆਕਾਸ਼ ਦੇ ਮਰਾਂ, ਨਾ ਅਸਤਰ ਨਾ ਮਰਾਂ, ਨਾ ਸ਼ਸਤਰ ਤੋਂ ਮਰਾਂ, ਨਾ ਮਨੁੱਖ ਤੋਂ ਮਰਾਂ, ਨਾ ਜਾਨਵਰ ਤੋਂ ਮਰਾਂ। ਅਤੇ ਇਸ ਕਰਕੇ ਅੱਧਾ ਧੜ ਮਨੁੱਖਾਂ ਵਾਲਾ, ਅੱਧਾ ਸ਼ੇਰ ਲਾ ਕੇ ਪੱਟ 'ਤੇ ਰੱਖ ਲਿਆ। ਕਹਿੰਦੇ ਵੇਖ ਨਾ ਹੁਣ ਜਾਨਵਰ ਹੀ ਹੋ, ਨਾ ਮਨੁੱਖ ਹੀ ਹੋ, ਨਾ ਧਰਤੀ ਹੋ, ਨਾ ਆਕਾਸ਼ ਹੀ ਹੋ, ਅਤੇ ਨੋਹਾਂ ਨਾ ਪਾੜਿਆ ਵੀ ਨਾ ਵੇਖ ਅਸਤਰ ਹੀ ਹੋ ਅਤੇ ਨਾ ਸ਼ਸਤਰ ਹੀ ਹੋ। ਅਸਤਰ ਹੁੰਦਾ ਜਿਹੜਾ ਦੂਰੋਂ ਚਲਾਉਣ ਵਾਲਾ, ਅਤੇ ਸ਼ਸਤਰ ਹੁੰਦਾ ਜਿਹੜਾ ਹੱਥੋਂ ਹੱਥ ਚਲਾਉਣ ਵਾਲਾ। ਇਸ ਤਰ੍ਹਾਂ ਨੋਹਾਂ ਨਾ ਪਾੜ ਕੇ ਨਾਸ ਕਰ ਦਿੱਤਾ ਹਰਨਾਕਸ਼ ਨੂੰ। ਬਿਦਰ ਦਾਸੀ ਸੁੱਤ ਭਿਓ ਪੁਨੀਤਾ, ਜੋ ਭਗਤ ਬਿਦਰ ਦਾਸੀ ਦੇ ਕੁੱਖ ਤੋਂ ਪੇੜ ਤੋਂ ਪੈਦਾ ਹੋਇਆ, ਜਿਹੜਾ ਦਾਸੀ ਦਾ ਸੁੱਧ ਪੁੱਤਰ ਸੀ, ਭਿਓ ਪੁਨੀਤਾ, ਪਰਮੇਸ਼ਰ ਦਾ ਨਾਮ ਜਪ ਕੇ ਵੇਖੋ ਵੀ ਪਵਿੱਤਰ ਹੋ ਗਿਆ ਸੀ। ਸਗਲੇ ਕੁਲ ਉਜਾਰੇ, ਆਪ ਤਾਂ ਤਰ ਗਿਆ, ਉਹਦੀਆਂ ਸਾਰੀਆਂ ਕੁਲਾਂ ਦੇ ਵਿੱਚ ਵੀ ਉਜਾਰੇ, ਪ੍ਰਕਾਸ਼ ਹੋ ਗਿਆ, ਸਾਰੀਆਂ ਕੁਲਾਂ ਦਾ ਹੀ ਉਹਨੇ ਉਧਾਰ ਕਰ ਦਿੱਤਾ, ਜਾਂ ਸਾਰੀਆਂ ਕੁਲਾਂ ਵਿੱਚ ਹੀ ਉਜਾਗਰ ਹੋ ਗਿਆ। ਕੌਣ ਅਪਰਾਧ ਬਤਾਵੋ ਆਪਣੇ, ਇਹ ਮਹਾਰਾਜ ਮੈਂ ਆਪਣੇ ਕਿਹੜੇ ਕਿਹੜੇ ਅਪਰਾਧ ਗੁਣਾ ਬਤਾਉਣਾ ਦੱਸਣਾ ਕਰਾਂ। ਮਿਥਿਆ ਮੋਹ ਮਗਨਾਰੇ, ਮਿਥਿਆ ਮੋਹ ਮਗਨਾਰੇ, ਮੈਂ ਰਾਤ ਦਿਨ ਮਿਥਿਆ ਅਣ ਹੋਏ ਨਾਸ਼ਵੰਤ ਮਾਇਆ ਦੇ ਮੋਹ ਵਿੱਚ ਹੀ ਮਗਨਾਰੇ ਮਸਤ ਹੋਇਆ ਰਹਿੰਦਾ ਹਾਂ। ਆਇਓ ਸਾਮ ਨਾਨਕ ਓਟ ਹਰ ਕੀ, ਆਇਓ ਸਾਮ ਨਾਨਕ ਓਟ ਹਰ ਕੀ। ਸਾਹਿਬ ਜੀ ਕਥਨ ਕਰਦੇ, ਹੇ ਹਰੀ ਪਰਮੇਸ਼ੁਰ, ਮੈਂ ਸਰੀਰ ਕਰਕੇ ਆਪ ਜੀ ਦੀ ਸਾਮ ਨਾਮ ਹੁੰਦਾ ਸ਼ਰਨ ਦਾ, ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ, ਓਟ ਹਰ ਕੀ, ਅਤੇ ਮਨ ਕਰਕੇ ਵੀ ਤੁਹਾਡੀ ਹੀ ਓਟ ਟੇਕ ਲਈ ਹੈ। ਲੀਜੈ ਭੁਜਾ ਪਸਾਰੇ, ਇਸ ਕਰਕੇ ਮਹਾਰਾਜ ਮੈਨੂੰ ਆਪਣੀ ਕਿਰਪਾ ਰੂਪੀ ਭੁਜਾ ਬਾਹਾਂ ਨੂੰ ਪਸਾਰੇ ਖਿਲਾਰ ਕੇ ਆਪਣੀ ਗੱਲ ਵੱਕੜੀ ਚ ਲੀਜੇ ਲੈਣਾ ਕਰੋ। ਜਿਵੇਂ ਬਾਹਾਂ ਖਿਲਾਰ ਕਰਕੇ ਮਾਈ ਬਾਪ ਆਪਣੇ ਬੱਚੇ ਨੂੰ ਛਾਤੀ ਨਾਲ ਲਾ ਲੈਂਦੇ ਨਾ, ਖੁਸ਼ ਹੋ ਕੇ ਆਪਣੇ ਪਿਆਰੇ ਨੂੰ ਕੋਈ ਪਿਆਰਾ ਲਾ ਲੈਂਦਾ, ਇਵੇਂ ਮਹਾਰਾਜ ਬਾਹਾਂ ਪਸਾਰ ਕੇ ਆਪਣੀ ਗਲਵੱਕੜੀ 'ਚ ਲਹੋ, ਭਾਵ ਜੋ ਮੇਰੇ 'ਤੇ ਕਿਰਪਾ ਕਰਨੀ ਹੈ, ਬਾਹਾਂ ਖਿਲਾਰਨੀਆਂ ਹਨ, ਅਤੇ ਜਿਹੜਾ ਆਪਣੇ ਸਰੂਪ ਦੇ ਵਿੱਚ ਇੱਕਮਿਕ ਕਰ ਲੈਣਾ ਹੈ, ਇਹ ਗਲਵੱਕੜੀ 'ਚ ਲੈਣਾ ਹੈ, ਇਹ ਮਹਾਰਾਜ ਕਿਰਪਾ ਕਰੋ ਆਪ ਜੀ। ਨਾਮ ਦੀ ਮਹਾਨਤਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਕਹੀ ਹੈ ਵੀ ਨਾਮ ਜਪਣ ਵਾਲੇ ਵੱਡੇ ਵੱਡੇ ਪਾਪੀ ਵੀ ਤਰ ਗਏ,
ਅਤੇ ਆਪਾਂ ਵੀ ਨਾਮ ਦਾ ਆਸਰਾ ਲੈ ਕੇ ਤਰ ਸਕਦੇ ਹਾਂ। ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਦੀ ਮੁਆਫ਼ੀ ਬਖਸ਼ ਦੇਣੀ। ਗੁਰੂ ਮਹਾਰਾਜ ਗੁਰੂ ਕੀ ਸੰਗਤ ਸਮਰੱਥ ਹੈ ਬਖਸ਼ਣ ਹਾਰ ਹੈ ਬਖਸ਼ ਲੈਣਾ। ਉਹ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਣ ਕਰੀਏ। ਕਵਨ ਪਰਾਧ ਬਤਾਵੋ ਆਪਣੇ ਮਿਥਿਆ ਮੋਹ ਮਗਨਾਰੇ ਆਇਓ ਸਾਮ ਨਾਨਕ ਓਟ ਹਰ ਕੀ ਲੀਜੈ ਪੂਜਾ ਪਸਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।